ਕੰਜਰ ਨੂੰ ਕਿਹਾ ਸੀ ਮੈਨੂੰ ਨਾਲ ਲੈ ਚੱਲ ਬੁੜੇ ਨੂੰ, ਵੀ ਨਾ ਮੈਨੂੰ ਇੱਥੇ ਛੱਡ ਕੇ ਜਾ। ਜਿਉਂ ਨਿਕਲਿਆ ਕੈ ਦਿਨ ਹੋ ਗਏ ਦੇਖ ਲੈ, 4-5 ਦਿਨ ਹੋ ਗਏ ਆਪ ਤਾਂ ਗਏ ਨੂੰ, ਮੁੜ ਕੇ ਹੁਣ ਆਉਂਦਾ ਹੈਗਾ ਹੈ। ਉਹੀ ਗੱਲ, ਇਹਨੇ ਮੇਰਾ ਬੁਰਾ ਹਾਲ ਕਰ ਰੱਖੇਗਾ, ਕੋਈ ਨੀ ਘਰ ਆ ਜਾਣ ਦੇ ਉਹਨੂੰ, ਫਿਰ ਦੇਖੀ ਤੇਰੇ ਨਾਲ ਸੀ ਤੂੰ ਆ ਲਿਆਉਂਦੀ, ਦੇਖਦੀ ਜਾਈ ਤੇਰੇ ਨਾਲ ਤਾਂ ਮੈਂ ਉਹ ਕਰੂੰ ਜਿਹੜੀ ਨਾ ਕਰਨੀ ਹੋਵੇ। ਰੋਟੀ ਤਾਂ ਤੂੰ ਕੀ ਨੀ ਦਿੰਦੀ, ਰੋਟੀ ਤਾਂ ਤੇ ਉਹੀ ਗੱਲ ਤੇਰੇ ਵੱਡੇ ਵੀ ਦੇਣਗੇ। ਕੈ ਦਿਨ ਹੋ ਗਏ ਨਿਕਲੇ ਨੂੰ, ਮੁੜ ਕੇ ਉਹਨੂੰ ਨੀ ਘਰੇ ਵੜਨ ਦਾ ਨਾਂ ਲੈਂਦਾ। ਫੋਨ ਕਰਿਆ ਸੀ ਕੁੜੀ ਨੂੰ, ਕਿਹਾ ਸੀ ਭਾਈ ਤੇਰੇ ਪਿਓ ਨੂੰ ਭੇਜ ਦੇ, ਹੁਣ ਇੱਥੇ ਬਾਹਰ ਹੀ ਰੱਖੇਗੀ ਜਾਂ ਫਿਰ ਮੈਂ ਵੀ ਬੱਸ ਚੜ੍ਹਦੀ ਹਾਂ, ਮੈਂ ਵੀ ਆ ਜਾਂਦੀ ਹਾਂ। ਕੋਈ ਨਾ ਆਉਣ ਦੇ ਜੱਗੇ ਨੂੰ ਘਰੇ ਉਹਨੂੰ ਕਹਿੰਦੀ ਆ ਭਾਈ ਮੈਨੂੰ ਤਾਪ ਕਰਾਇਆ ਦੇ ਤੇ ਮੈਂ ਤਾਪ ਜਾਂਦੀ ਹਾਂ ਉੱਥੇ। ਉਹ ਲੈ ਵਧੀਆ, ਆਪਦੀ ਧੀ ਕੋਲੇ ਰੋਟੀਆਂ ਖਾਂਦਾ ਸੀਗਾ ਮੌਜਾਂ ਨਾਲ, ਇਹ ਤਾਂ ਸਾਰਾ ਦਿਨ ਕਲੇ ਸੀ ਰੱਖਦੀ ਆ, ਆ ਪਈ ਆ ਇੱਥੇ, ਇਹਨੂੰ ਤਾਂ ਕੀ ਬੁਲਾਉਣਾ, ਨੂੰਹ ਤੋਂ ਹੀ ਪਾਣੀ ਧਾਣੀ ਲੈ ਲਾਂਗੇ। ਇੱਧਰ ਮੁੜ ਪੁੱਠਾ, ਇੱਧਰ ਕਿੱਧਰ ਜਾਂਦਾ ਬੂਥ ਚੱਕੀ, ਇੱਧਰ ਆ। ਉਹ ਸਿੱਧਾ ਤਾਂ ਬੋਲ ਪਿਆ ਕਰ, 10 ਦਿਨਾਂ ਤੋਂ ਆਇਆ। ਕੀ ਗੱਲ, ਕਿਉਂ ਬੋਲਾਂ ਸਿੱਧਾ, ਜਿੱਦਾਂ ਮੈਂ ਤੈਨੂੰ ਆਖਿਆ ਸੀ ਮੈਨੂੰ ਨਾਲ ਲੈ ਚੱਲ, ਮੌਈ ਨਾ ਆਪ ਵੱਗ ਆਪ ਤਾਂ ਜਾ ਕੇ ਇੱਥੇ ਬਹਿ ਗਿਆ ਕੁੜੀ ਕੋਲੇ, ਉਹ ਚੰਗੀ ਖਾਂਦਾ ਹੋਊਗਾ ਪਰੌਂਠੇ ਧੀ ਤੋਂ, ਤੇ ਮੈਨੂੰ ਛੱਡ ਗਿਆ ਇੱਥੇ ਇਹਦੇ ਕੋਲੇ, ਉਹ ਕਲੇਸ਼ਨ ਕੋਲੇ। ਧੀ ਦੀ ਖੈਰ ਸੁੱਖ ਤਾਂ ਪੁੱਛ ਲੈਂਦੀ, ਆ ਦੇਖ ਲੈ ਧੀ ਨੂੰ ਤਾਂ ਲਾਇਆ ਸੀ ਮੈਂ ਫੋਨ, ਮੇਰੀ ਧੀ ਨੇ ਤਾਂ ਲੱਡੂ ਦਿੱਤੇ, ਉਹਦਾ ਵਿਆਹ ਜਾ ਕੇ ਆਏ ਸੀ ਕਿਤੇ। ਚੱਲ ਕੋਈ ਨੀ ਖਾ ਲਾਂਗੇ, ਧਰ ਲਾ ਉਹਦੀ, ਐਵੇਂ ਨਾ ਉਹਨੂੰ ਚੱਕ ਕੇ ਫੜਾ ਦੀ, ਬਤੇਰਾ ਖਾਂਦੀ ਆ ਸਾਰਾ ਦਿਨ। ਉਹ ਮੇਰੀ ਗੱਲ ਸੁਣ ਲੈ ਤੂੰ, ਉਹ ਮੈਂ ਇੰਨੇ ਦਿਨਾਂ ਤੋਂ ਆਇਆ, ਤੂੰ ਕੋਈ ਖੈਰ ਸੁੱਖ ਦੀ ਪੁੱਛੀ, ਤੇ ਆਪਣਾ ਪੁੱਤ ਠੀਕ ਹੈ ਨਾਲੇ ਨੂੰ। ਆਹੋ ਠੀਕ ਹੈ, ਨੂੰ ਨੂੰ ਕਿਉਂ ਹੈ ਘੋੜੇ ਵਰਗੀ ਨੂੰ, ਉਹ ਇੱਥੇ ਮੈਨੂੰ ਪਤਾ ਹੀ ਹੈ ਤੇਰੀਆਂ ਗੱਲਾਂ ਦਾ, ਤੂੰ ਲੜਕੇ ਬੈਠੀ ਹੋਏਗੀ ਨੂੰ ਨਾ, ਕਿੱਥੇ ਲੜਕੇ ਬੈਠਣੀ ਆ, ਰੋਟੀ ਨਹੀਂ ਦਿੰਦੀ ਬੇਲੇ ਸਿਰ ਮੈਨੂੰ ਤਾਂ। ਉਹ ਰੋਟੀ ਖਾਂਦੇ ਤੇਰੇ ਆਪਦੇ ਲੱਛਣ ਨਹੀਂ, ਮੇਰੀ ਨੂੰ ਨੂੰ ਨਿੰਦੀ। ਆਹੋ ਤੇਰੇ ਤਾਂ ਬਾਹਲੇ ਲੱਛਣ ਹੈ, ਤੂੰ ਤਾਂ ਲੱਛਣਾਂ ਹੀ ਰੋਟੀ ਖਾ ਕੇ, ਤੈਨੂੰ ਤਾਂ ਮੌਈ ਨਾਲ 30 ਕੋਲੇ ਬੈਠਾ ਸੀ, ਉੱਤੇ ਖਾਂਦਾ ਸੀ ਪਰੌਂਠੇ ਬੈਠਾ, ਹੁਣ ਪਤਾ ਲੱਗੂ ਇੱਥੇ ਮਿਲੂ ਤੈਨੂੰ ਰੋਟੀ, ਤੂੰ ਦੇਖ ਲਈ ਕਿਹੋ ਜਿਹੀ ਰੋਟੀ ਦਿੰਦੀ ਹੈ। ਮੈਨੂੰ ਤਾਂ ਬਥੇਰਾ ਮਿਲਦੀ ਹੈ, ਆਪ ਤਾਂ ਸਬਜ਼ੀਆਂ ਮਰਾਮਰਾ ਖਾਂਦੀ ਹੈ, ਤੇ ਮੈਨੂੰ ਚਟਣੀ ਦਾ ਭੋਰਾ ਲਿਆ ਕੇ ਦੇ ਦਿੰਦੀ ਹੈ, ਕਹਿੰਦੇ ਅੱਜ ਤਾਂ ਬੇਬੇ ਧਰੀ ਨਹੀਂ ਦਾਲ। ਉਹ ਕੋਈ ਨਹੀਂ, ਉਹ ਬੁੜਿਆਂ ਨੂੰ ਤਾਂ ਰੁੱਖੀ ਸੁੱਖੀ ਮਿਲ ਜੇ, ਉਹੀ ਬਥੇਰੀ ਹੁੰਦੀ ਹੈ। ਕਾਤੋਂ ਮਿਲ ਜੇ, ਕੀ ਗੱਲ, ਬੁੜਿਆਂ ਨੇ ਘਰ ਨਹੀਂ ਬੰਨਿਆ, ਕੋਈ ਨਹੀਂ ਬੁੜੇ ਹੀ ਹੁੰਦੇ ਐ, ਕੋਈ ਬੁੜੇ ਨਹੀਂ ਨੇ, ਮੈਂ ਕੋਈ ਬੁੜੀ ਬੜੀ ਨਹੀਂ, ਮੈਨੂੰ ਨਾ ਬੁੜੀ ਬੜੀ ਕਿਆ ਕਰ। ਤੂੰ ਮੇਰੀ ਮਾਂ ਨਾਲ ਬਥੇਰਾ ਕਰਦੀ ਰਹੀ ਐ, ਤੇਰੇ ਨਾਲ ਵੀ ਹੋਣੀ ਨਹੀਂ ਸੀਗੀਆਂ ਚੰਗੀ ਗੱਲ। ਕੀ ਕਰਿਆ ਸੀ ਤੇਰੀ ਮਾਂ ਨਾਲ, ਤੇਰੀ ਮਾਂ ਕਿਹੜਾ ਘੱਟ ਸੀਗੀ, ਤੇਰੀ ਮਾਂ ਵੀ ਉਤੋਂ ਜ਼ਿਆਦੀ ਬੋਲਦੀ ਸੀ ਮੇਰੇ ਨਾਲ। ਮੇਰੀ ਮਾਂ ਬੋਲਦੀ ਸੀ? ਆਹੋ ਮੇਰੀ ਮਾਂ ਤਾਂ ਕਾਹਨੂੰ ਬੋਲਦੀ ਸੀ, ਹੁਣ ਤੈਨੂੰ ਪਤਾ ਲੱਗਦਾ ਹੈ ਜਿਹੜੀਆਂ ਕਰੀਆਂ ਸੀ ਹੁਣ ਮੂਹਰੇ ਆ ਗਈਆਂ, ਐਸਾ ਤੱਕ ਕਰ ਲੈ, ਐਸਾ ਤੱਕ ਭਰ ਲੈ, ਕਰ ਜੂਗਾ ਇਹ, ਕਰ ਜੂਗਾ। ਤੈਂ ਕਿਹਦੇ ਨਾਲ ਕਰੀਆਂ ਸੀ? ਮੇਰੇ ਨਾਲ ਤਾਂ ਕੋਈ ਹੁੰਦੀਆਂ ਨਹੀਂ, ਮੈਂ ਤਾਂ ਮੌਜਾਂ ਕਰਦਾ, ਮੈਂ ਤਾਂ ਆਪਦੀ ਧੀ ਕੋਲੋਂ ਆਇਆ, ਵਧੀਆ ਮੈਨੂੰ ਤਾਂ ਪਰੌਂਠੇ ਖਵਾਉਂਦੇ ਰਹੇ ਨੇ ਉਹ। ਆਹੋ ਫਿਰ ਤੂੰ ਤਾਂ ਖਾ ਕੇ ਆਇਆ ਪਰੌਂਠੇ, ਜਦੋਂ ਮੈਂ ਤੈਨੂੰ ਆਖਿਆ ਸੀ ਮੈਨੂੰ ਨਾਲ ਲੈ ਚੱਲ, ਨਾ ਛੱਡ ਕੇ ਜਾ ਇੱਥੇ ਕਲੇਸ਼ਨ ਕੋਲੇ, ਤੂੰ ਕਹਿੰਦਾ ਤੂੰ ਤਾਂ ਘਰੇ ਰਹਿ, ਇੱਕ ਜਾਣੇ ਦਾ ਘਰੇ ਹੋਣਾ ਜ਼ਰੂਰੀ ਹੈ, ਮੈਂ ਜਾਇਆ ਮੈਂ 4 ਦਿਨ, ਫਿਰ ਤੂੰ ਜਾਈ, ਕੋਈ ਗੱਲ ਨਹੀਂ, ਤੂੰ ਤਾਂ 4 ਦਿਨਾਂ ਤੋਂ ਮੁੜੀ ਆਇਆ, ਜਿੱਦੇ ਮੈਂ ਵਾਗੀ ਨਾ ਮਹੀਨਾ ਨਹੀਂ ਆਉਂਦੀ। ਉਹ ਸਿਆਣਾ ਬੰਦਾ ਤਾਂ ਘਰ ਦਾ ਜਿੰਦਾ ਹੁੰਦਾ, ਜਿੰਦਾ ਦੋਨਾਂ ਦਾ ਜਾ ਕੇ ਕਿੱਥੇ ਨਰਵਾ ਹੁੰਦਾ ਆਪਣਾ। ਆਹੋ ਆਪੀ ਜਿੰਦੇ ਆ, ਬਾਰ ਚ ਬੈਠੇ ਆ, ਹੁਣ ਜਿੰਦੇ ਆ ਬਾਰ ਚ ਬੈਠੇ ਆ, ਬਿਠਾ ਰੱਖਿਆ ਆਪ ਰਾਮ ਨਾਲ ਅੰਦਰ ਘਰ ਸਾਮੀ ਬੈਠੀ ਹੈ ਸਾਰਾ। ਉਹ ਤੂੰ ਮੈਨੂੰ ਐਂ ਦੱਸ, ਮੈਨੂੰ ਹੁਣ ਤੂੰ ਪਾਣੀ ਦੀ ਘੁੱਟ ਲਿਆ ਕੇ ਦੇਂਗੀ ਕਿ ਜਾਵਾਂ ਆਪਣੀ ਨੂੰਹ ਤੋਂ ਹੀ ਲਵਾਂ ਪਾਣੀ ਦੀ ਘੁੱਟ? ਮੰਗਵਾ ਲੈ ਇੱਥੇ ਬੈਠ ਕੇ, ਮੰਗਵਾ ਲੈ, ਜਾਣਾ ਜੂਣਾ ਕਿਧਰੇ ਹੀ, ਇੱਧਰ ਪਰਾ ਚੋਂ ਆ ਇੱਥੇ, ਬੋਲ ਮਾਰ ਲੈ ਜਾ, ਮੰਗਾ ਦੇ ਖਾ ਲਿਆਉਂਦੀ ਪਾਣੀ, ਕਹਿ ਪਾਈ ਪਾਲੀ ਇੱਥੇ ਪਾਣੀ ਦੀ ਘੁੱਟ ਲਿਆ, ਇਹ ਤਾਂ ਮੇਰੇ ਨਾਲ ਲੜਾਈਆਂ ਕਰਨ ਲੱਗ ਗਈ। ਕੋਈ ਨੀ, ਮੇਰੀ ਨੂੰਹ ਤਾਂ ਬਥੇਰੀ ਸਿਆਣੀ ਹੈ, ਤੂੰ ਹੀ ਸਾਰਾ ਦਿਨ ਨਿੰਦੀ ਰਹਿੰਦੀ ਆ ਨੂੰ। ਹੋਰ ਸਿਆਣਪ ਦੇ ਤਾਂ ਉਹਦੇ ਝੰਡੇ ਝੂਲਦੇ ਨਾ, ਸਾਰੇ ਪਿੰਡ ਚ ਉਸੇ ਦੀਆਂ ਗੱਲਾਂ ਹੁੰਦੀਆਂ ਵੀ ਬਾਹਰ ਵੀ ਸਿਆਣੀ ਆਈ ਇਹਨਾਂ ਨੇ ਤੁਹਾਨੂੰ ਜਮਾ। ਉਹ ਸਿਆਣੀ ਹੈ ਫਿਰ, ਸਿਆਣੀ ਹੈ ਹਾਂ, ਤੂੰ ਤਾਂ ਸਿਆਣੀ ਹੁੰਦੀ ਨਾ ਆਪਦੇ ਰੋਟੀ ਖਾਣ ਦੇ, ਜੇ ਸਿਆਣੀ ਹੁੰਦੀ ਨਾ ਮੇਰੇ ਨਾਲ ਇਹ ਨਹੀਂ ਕਰਦੀ ਸੀ, ਮੈਂ ਤੈਨੂੰ ਦੱਸਾਂ, ਹੁਣ ਮੈਂ ਤੈਨੂੰ ਕਹਤਾ ਮੇਰੀ ਛੱਡ ਰਹਿਣਾ, ਜੇ ਮੇਰੇ ਤੋਂ ਮਾੜਾ ਇਹ ਵੀ ਪਰੇ ਹੋਇਆ ਨਾ ਜਾਣਦਾ, ਨਾਲੇ ਕਰੋ ਮੁੰਡੇ ਨੂੰ ਆਪਦੇ ਕੰਨੀ ਤੇ ਦੇਖਦੀ ਜਾਈ, ਇਹਦੇ ਤਾਂ ਮੈਲ ਵਾਂਗ ਖੁੰਡੀਆਂ ਅੱਜ।
ਚੁੱਪ ਕਰਕੇ ਰੋਟੀਆਂ ਖਾ ਲੈ ਜੇ ਤੇਥੋਂ ਖਾਧੀਆਂ ਜਾਂਦੀਆਂ ਅੱਡ ਕਰਕੇ ਬਹਾ ਦੂਗੀ ਦੇਖ ਲੈ ਫਿਰ ਹੱਥ ਮਚਾਈ ਜਾਏਗੀ ਨਾ ਰੋਟੀਆਂ ਤੇਥੋਂ ਪੱਕਣੀਆਂ ਨਾ ਮੈਥੋਂ ਪੱਕਣੀਆਂ ਨੇ ਕੋਈ ਨੀ ਬਥੇਰਾ ਪਕਾ ਲੂੰਗੀ ਮੈਂ ਕਰਦੇ ਅੱਡ ਮੈਂ ਤਾਂ ਅੱਡ ਹੋ ਕੇ ਰਾਜੀ ਹਾਂ ਮੈਂ ਕਿਹੜਾ ਜੇ ਨਾਲ ਰਹਿ ਕੇ ਰਾਜੀ ਹਾਂ ਹੈਗੀ ਹੈ ਬੈਠਕ ਆਪਦਾ ਲਿਆ ਕੇ ਗੈਸ ਧਰ ਲਾਂਗੇ ਆਪਦੀ ਮਰਜ਼ੀ ਨਾਲ ਪਕਾਇਆ ਕਰਾਂ ਤੇ ਖਾਇਆ ਕਰਾਂਗੇ ਤੇਰੀ ਤਾਂ ਇਹੀ ਕਰਤੂਤ ਰਹਿੰਦੀ ਸੀ ਬਸ ਇਹੀ ਕਰਤੂਤ ਤੋਂ ਹੁਣ ਖੜਿਆ ਮੇਰੀ ਤਾਂ ਰਹਿੰਦੀ ਹੈ ਇਹੀ ਕਰਤੂਤ ਮੈਂ ਤਾਂ ਜਮਾ ਖੜਿਆਉਂਗੀ ਮੈਂ ਤਾਂ ਅੱਡ ਹੋਊਂਗੀ ਉਹਦੇ ਨਾਲ ਅੱਡ ਹੋਏਗੀ ਚੁੱਪ ਕਰ ਜਾ ਨੂੰ ਆਉਂਦੀ ਹੈ ਫਿਰ ਆਉਂਦੀ ਰੇ ਨੂੰ ਮੈਨੂੰ ਡਰ ਮਾਰਿਆ ਤੇਰੀ ਨੂੰ ਦਾ ਬਾਪੂ ਆ ਬੈਠਾ ਪਾਣੀ ਮੰਗਿਆ ਦਾ ਦਿਆ ਮੈਂ ਸ਼ਰਮ ਤਾਂ ਨੀ ਹੈਗੀ ਦੋਨਾਂ ਨੂੰ ਕਿਵੇਂ ਇੱਕੋ ਜਿਹੇ ਗੂੜੇ ਰੀੜੇ ਪਾਏ ਆ ਗਾਹਾਂ ਵੀ ਨੀ ਪਹੁੰਚਣ ਦਿੱਤਾ ਉੱਥੇ ਮੈਂ ਫੜ ਕੇ ਕੋਲੇ ਬਾਹ ਲਿਆ ਸੱਜਰੇ ਬਣੇ ਬੈਠੇ ਆ ਘੇਰੇ ਕੀ ਬੋਲਦੀਆਂ ਨੀ ਐ ਕੁਛ ਨੀ ਕਹਿੰਦੀ ਬਾਪੂ ਪਾਣੀ ਹਾਂ ਤੱਕਦਾ ਬਾਪੂ ਮੈਂ ਬਾਪੂ ਦੇ ਤਾਂ ਪੈਰੀਆਂ ਥਲਾ ਤੇ ਕੁੜੇ ਤੇ ਮੈਨੂੰ ਪਾਣੀ ਦਾ ਗਲਾਸ ਹੀ ਨੀ ਹੋਈ ਕੱਲੇ ਬਾਪੂ ਨੂੰ ਲਿਆ ਪੈਸੇ ਨੂੰ ਤੇ ਲੱਗੀ ਐ ਤੇਰੇ ਕੋਲ ਟੁੱਟੇ ਉੱਠ ਕੇ ਪੀ ਲਾ ਜੇ ਬਹੁਤ ਐ ਬੋਲਦੀ ਫਿਰ ਤਾਂ ਨਾ ਮੈਂ ਬੋਲਦੀ ਕਿਉਂ ਪੀ ਲਾ ਜਮਾ ਨੂੰ ਪੀਂਦੀ ਚੱਕ ਪਰੇ ਦੋ ਗਲਾਸ ਨਾ ਲਿਆਂਦੇ ਪਾਣੀ ਨੇ ਇੱਕ ਗਲਾਸ ਹੋਰ ਲਿਆਂਦੀ ਉਹ ਤੇਰਾ ਮੂੰਹ ਟੁੱਟਿਆ ਸੀਗਾ ਤੂੰ ਪਹਿਲਾਂ ਪਾਣੀ ਮੰਗ ਲੈਂਦੀ ਕੀ ਗੱਲ ਮੈਂ ਬੈਠੀ ਨੀ ਦੀਨੀ ਨੂੰ ਉਹ ਤੈਨੂੰ ਪਾਣੀ ਤੇ ਲੱਗੀ ਤੂੰ ਤਾਂ ਮੈਂ ਤੁਰ ਕੇ ਆਇਆ ਅੱਡੇ ਤੋਂ ਮੇਰੀ ਗੱਲ ਸੁਣ ਬਾਪੂ ਆਉਂਦੀ ਨਾ ਤੇਰੇ ਨਾਲ ਲੱਗੀ ਕੁੱਤੇ ਖਾਣੇ ਕਰਨ ਧੀ ਦਾ ਤਾਂ ਹਾਲ ਚਾਲ ਪੁੱਛਣੀ ਧੀ ਦੀ ਬਣੀ ਮੇਰੀ ਕੀ ਬਣੂਗੀ ਵਿੱਚ ਨਾ ਬੋਲ ਧੀ ਦਾ ਹਾਲ ਚਾਲ ਮੈਂ ਪੁੱਛ ਲਿਆ ਆਪਦੀ ਦਾ ਫੋਨ ਲਾ ਲਿਆ ਸੀ ਆਪਦੀ ਧੀ ਫੋਨ ਚ ਬਾਪੂ ਤਾਂ ਕੋਲ ਆਇਆ ਸੀ ਨਹੀਂ ਨਹੀਂ ਪੁੱਛਣਾ ਵੀ ਬਾਪੂ ਤੇਰਾ ਕਿਧਰੇ ਜਾਣ ਲੱਗੇ ਉਹਨੂੰ ਤਾਂ ਕਾਲ ਵੀ ਨੀ ਪੁੱਛਿਆ ਵੀ ਧੀ ਕਿਵੇਂ ਮੇਰਾ ਦੋ ਤਾਂ ਮੇਰੀ ਕਿਵੇਂ ਅੱਜ ਮੈਂ ਮੇਰੀ ਧੀ ਤੋਂ ਕੀ ਲੈਣੇ ਮੈਂ ਆਪਦੀ ਧੀ ਦੀ ਆਪੇ ਕੇਅਰ ਕਰੂੰਗੀ ਆਪੇ ਪੁੱਛ ਲੂੰਗੀ ਸਾਨੂੰ ਤਾਂ ਤੂੰ ਬਰਤਨ ਵੀ ਦਿੰਦੀ ਹੈ ਕਿ ਬਰਤਨ ਆ ਸੀ ਆਖ ਤੂੰ ਮੇਰੀ ਧੀ ਤੋਂ ਕੀ ਲੈਣਾ ਹਾਂ ਬਸ ਮੈਂ ਜਦੋਂ ਤੇਰੀ ਮਾਂ ਨਹੀਂ ਕੁਛ ਲੱਗਦੀ ਧੀ ਵਾਲੀ ਲੱਗਦੀ ਹੈ ਮੈਂ ਇਹ ਲੱਗ ਰਿਹਾ ਲੋਕਾਂ ਸਮਝੇ ਨਹੀਂ ਤੂੰ ਸਿਆਣੀ ਬਣ ਜਾਏ ਤਾਂ ਤੈਨੂੰ ਪਤਾ ਚਾਹੀ ਜੀ ਹੈਗੀ ਹੈ ਹੈਗੀ ਹੈ ਹਾਂ ਤੂੰ ਟੱਕੇ ਬੈਠਾ ਤੂੰ ਨਾ ਬੋਲ ਵਿੱਚ ਮੈਂ ਤੈਨੂੰ ਦਰੇ ਨੂੰ ਬਾਪੂ ਸਾਰੇ ਦੇ ਸੁਣੀ ਜਾਂਦੇ ਜਿਵੇਂ ਜਿਵੇਂ ਤੈਨੂੰ ਇਹ ਗੁੰਗਲਾ ਭਰੀ ਜਾਂਦੀ ਸੀ ਰੋਟੀ ਨਹੀਂ ਦਿੰਦੀ ਮੈਨੂੰ ਚਟਨੀ ਨਾ ਦਿੰਦੀ ਕਿੱਦਾਂ ਚਟਨੀ ਨਾ ਖਾਧੀ ਚੰਗੀ ਚੋਸੀ ਖਾਂਦੇ ਤਾਂ ਵੀ ਦੇਣੀ ਸੀ ਇਹ ਰਾਤ ਵੀ ਚਟਨੀ ਫੜਾਤੀ ਸੀ ਚੱਕ ਕੇ ਰਾਤ ਮੈਨੂੰ ਕੋਈ ਚੜਣੀ ਨਾ ਰੋਟੀਆਂ ਖਾ ਲਾ ਦਿੰਦੀ ਦਾਲ ਤਾਂ ਬਣਾਈ ਨਹੀਂ ਕਬਲਾ ਹੋ ਗਿਆ ਕਿਤੇ ਬੇੜਾ ਕਬੇੜਾ ਹੋ ਜਾਂਦਾ ਚੱਕ ਕੇ ਖਾਲੀ ਤੂੰ ਦੱਸ ਕੀ ਹੁਣ ਕੋਈ ਬੰਨਣੇ ਨੇ ਇੱਕ ਦੀ ਵੀ ਚਟਨੀ ਬਣਾਈ ਹੈ ਰਾਤ ਹੀ ਬਾਪੂ ਰਾਤ ਦੀ ਲੱਗੀ ਹੈ ਟੱਪੜ ਕੀ ਗੱਲ ਆ ਨਹੀਂ ਸਬਜ਼ੀ ਰੱਖ ਨਹੀਂ ਆ ਤਾਂ ਬਣਾ ਲਈ ਮੈਂ ਫਿਰ ਹੋ ਗਿਆ ਜਿਵੇਂ ਤੂੰ ਰੋਟੀ ਖਾਂਦੀ ਸੀ ਤੂੰ ਤਾਂ ਸਬਜ਼ੀ ਨਾ ਖਾਈ ਜਾਂਦੀ ਸੀ ਸਬਜ਼ੀ ਦੇਹੀ ਸੀ ਭਾਰਾ ਪਈ ਸੀ ਉਹ ਜਵਾਕਾਂ ਨੇ ਛੱਡੀ ਸੀ ਮੈਂ ਚੱਕ ਲਈ ਤੇ ਫਿਰ ਮੈਨੂੰ ਦੇ ਜਾਂਦੀ ਦੇਹੀ ਜਵਾਕਾਂ ਦੀ ਜੁੱਠੀ ਮੈਂ ਕਿਹੜਾ ਖਾਂਦੀ ਨਹੀਂ ਸੀ ਮੇਰੇ ਪੋਤੇ ਪੋਤਿਆਂ ਦੀ ਜੁੱਠੀ ਤੇਰੇ ਬਾਲੀ ਨੰਡਦੀ ਸੀ ਉਹ ਕਿੱਥੋਂ ਖਾਣੀ ਸੀ ਲੱਡੂ ਨਾ ਕਿਤੇ ਮੈਂ ਇਹਨੂੰ ਕੁਛ ਹੋਰ ਦੇ ਦਿਆਂ ਲਾਵਾਂ ਤੇਰੇ ਵੀ ਖੁੰਡੀਆਂ ਦੋ ਤੂੰ ਬਾਪੂ ਦੇ ਲਾਰੀ ਸਹੀ ਪਰ ਇਹ ਬਾਬੀ ਦਾ ਤੈਂ ਬਾਪੂ ਤੋਂ ਲੈਣਾ ਕਿਵੇਂ ਕੁਛ ਕਰਾਂ ਮਰਜ਼ੀ ਨਾ ਪਰ ਇਹ ਚੁੰਬੜੀ ਨੂੰ ਖੁੰਡੀਆਂ ਲੈ ਕੇ ਮੈਂ ਤਾਂ ਮਾਰੂੰਗੀ ਤੇਰੀ ਬਾਪ ਲੈ ਲੱਡੂ ਇਸ ਦੇ ਬੱਬਰ ਭਰ ਲੈਂਦੇ ਸੀ ਨੂੰ ਖਾ ਲੈਂਦੇ ਲੱਡੂ ਤੂੰ ਜਾ ਜਾ ਕਰੇ ਜਵਾਕਾਂ ਨੂੰ ਤੇਰੀ ਤੂੰ ਐ ਕਿ ਮੈਂ ਦੇ ਦੇ ਜਵਾਕਾਂ ਨੂੰ ਜਵਾਕ ਮੇਰੇ ਕੋਲ ਆ ਕੇ ਆਪੇ ਖਾ ਲਾਂਗੇ ਮੇਰੇ ਪੋਤੇ ਪੋਤੀਆਂ ਛੋਟੇ ਜਾਦੇ ਕੁਛ ਲੱਗਦੇ ਨਾ ਵੱਡਾ ਆ ਗਿਆ ਜਵਾਕ ਖਾ ਲੱਗੇ ਅਸੀਂ ਘਰ ਹੀਆਂ ਦੋ ਲੱਡੂ ਸਾਨੂੰ ਵੀ ਦੇ ਦੀ ਤੂੰ ਨਹੀਂ ਦਿੱਤੇ ਸੀ ਮੈਨੂੰ ਜਿਹਦੇ ਪੈਕਿਆਂ ਦੇ ਲੈ ਕੇ ਆਈ ਸੀ ਨਾ ਅੰਦਰ ਹੀ ਚੋਲ ਘੋਲਿਆ ਸੀ ਮੈਂ ਲੱਡੂ ਖਾ ਕੇ ਭੁੱਲ ਗਈ ਦਿੱਤੇ ਦਾ ਸੀਗੇ ਆਹੋ ਦਿੱਤੇ ਹੀ ਜਦੋਂ ਮੁਸ਼ਕ ਮਾਰਨ ਲੱਗੀ ਹਜੇ ਵੀ ਤੇਰੇ ਅੰਦਰ ਧਰੀ ਬੈਠੀ ਹੈ ਉਹ ਬੈਠੀ ਹੈ ਰਸੋਈ ਖੁੰਡੀ ਨੀ ਮੈਂ ਫੜਾਉਂਦੀ ਫੜਾਉਂਦੀ ਖੁੰਡੀ ਨਾਲ ਤਾਂ ਸਿੱਧਾ ਕਰੂੰ ਤੁਹਾਨੂੰ ਦੋਨਾਂ ਨੂੰ ਨੂੰ ਚੋਰੇ ਨੂੰ ਉਹ ਲਾ ਕੇ ਦਿਖਾ ਖੁੰਡੀ ਨੂੰ ਰੋਲ ਕਹੀ ਨਹੀਂ ਮਾਰ ਦੇਣਾ ਮੈਂ ਦੋ ਖੁੰਡਾ ਖੁੰਦੀ ਇਹ ਮਾਰ ਦਿੰਦੀ ਆ ਲੜੇ ਦੇ ਨਾ ਤੇ ਲੜਾਈ ਮੁੱਲ ਲੈਂਦੀ ਫਿਰਦੀ ਹੈ ਮੇਰੇ ਵਾਸਤੇ ਦੋ ਪਰੋਠੇ ਪਕਾ ਬੱਤਾ ਮੈਂ ਤਾਂ ਰੋਟੀ ਖਾ ਕੇ ਨਹੀਂ ਆਇਆ ਅੱਛਾ ਕਰਤਾ ਸੀ ਨਾ ਮੈਨੂੰ ਤਾਂ ਹਜੇ ਤੁਮ ਸਨੇਹਾ ਆ ਤੁਰਿਆ ਨਾ ਮੈਨੂੰ ਤਾਂ ਹਜੇ ਤੱਕ ਰੋਟੀ ਤਾਂ ਪੁੱਛੀ ਨਹੀਂ ਤੇ ਬਾਪੂ ਨੂੰ ਜੱਕ ਦੇਣੇ ਪਾਉਂਦੇ ਨੇ ਪਿਆਰ ਦੀ ਪਤਾ ਹੈ ਕਿ ਚਾਰ ਪਰੋਠੇ ਬਣਾ ਲਈ ਦੋ ਇਹ ਵੀ ਖਾ ਲੂੰ
ਖੁੰਡੀ ਮੇਰੇ ਕੋਲ ਮੇਰੀ ਨੂੰ ਲਿਆ ਕੇ ਦੇਊਗਾ ਨਾ ਦੋ ਪਰੌਠੇ ਮੈਨੂੰ ਉਹ ਤੂੰ ਖਾ ਲਈ ਮੈਂ ਰੋਟੀਆਂ ਖਾ ਲੂੰਗਾ ਸਾਰਾ ਦਿਨ ਜਲੂਸ ਕੱਢੀ ਜਾਂਦੇ ਆ ਪਾਲੀ ਹਾਂ ਗੱਲ ਸੁਣ ਮੇਰੀ ਹਾਂ ਤੂੰ ਬੇਬੇ ਨਾਲ ਕਾਹਦੇ ਪਿੱਛੇ ਲੜਦੀ ਸੀ ਮੈਂ ਤਾਂ ਕੋਈ ਲੜਦੀ ਨਹੀਂ ਉਹ ਤਾਂ ਬਾਪੂ ਆ ਰਿਹਾ ਹਾਂ ਬਾਪੂ ਨੂੰ ਹਾਲ ਚਾਲ ਤਾਂ ਕੀ ਪੁੱਛਣਾ ਸੀ ਕੁੜੀ ਕੋਲ ਆਇਆ ਉਹ ਵੀ ਆਉਂਦੀ ਯਾਦਾਂ ਲਾਉਣ ਲੱਗ ਗਈ ਮਿੱਚੇ ਮੈਨੂੰ ਲੈ ਲਿਆ ਨਾ ਉਹ ਕੁਛ ਕਿਹਾ ਨੀ ਕਰਿਆ ਨੀ ਮੈਨੂੰ ਤੂੰ ਤਾਂ ਨਹੀਂ ਆਉਂਦੀ ਉਹ ਮੇਰੀ ਗੱਲ ਸੁਣ ਮੈਨੂੰ ਨਾ ਬਾਹਰ ਤੁਸੀਂ ਜਾਣ ਹੀ ਦਿੰਦੇ ਜਦੋਂ ਮੈਂ ਦੇਖਦਾ ਦੋਨੇ ਜਾਣੇ ਆ ਨੂੰ ਸੱਸ ਪਤਾ ਨੀ ਕਿਉਂ ਰੋ ਚਿਰ 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 ਕਰੀਏ ਨਾ ਉਹ ਤਾਂ 10 ਦਿਨਾਂ ਨਾਲ ਗਿਆ ਹੋਇਆ ਉਹ ਅੱਜ ਆ ਗਿਆ ਆ ਗਿਆ ਬਾਪੂ ਵੀ ਪਤਾ ਤਾਂ ਹੱਥਿਆ ਬੈਠਾ ਨਾ ਤਾਂ ਉਹਨੇ ਹਾਲ ਚਾਲ ਪੁੱਛਿਆ ਵੀ ਧੀ ਕੋਲ ਆਇਆ ਤੇ ਨਾ ਮੈਨੂੰ ਵੀ ਨੀ ਪੁੱਛਣ ਦਿੱਤਾ ਜੇ ਮੈਂ ਪੁੱਛਦੀ ਤਾਂ ਮੈਨੂੰ ਮੁੜ ਕੇ ਪੈ ਗਈ ਤੂੰ ਚਾਹ ਪਾਣੀ ਫੜਾ ਤਾ ਹੁਣ ਚਾਹ ਪਾਣੀ ਫੜਾਉਣ ਜਾਂਦੀ ਆ ਰੋਟੀ ਮੰਗਦਾ ਕਿ ਜੇ ਇਹਨੂੰ ਰੋਟੀ ਲਿਆ ਕੇ ਦਿੱਤੀ ਤਾਂ ਦੇਖ ਲਾ ਨਹੀਂ ਮੈਨੂੰ ਬਰਾਬਰ ਚਾਹੀਦੀ ਆ ਮੈਂ ਕਿਹਾ ਬੇਬਾ ਤੇਰੇ ਹੱਥ ਪੈਰ ਚੱਲਦੇ ਤੇ ਚੱਲ ਤੂੰ ਰਹਿ ਤੂੰ ਰੋਟੀ ਚੱਕ ਕੇ ਖਾ ਲਾ ਮੈਂ ਵੀ ਕੰਮ ਕਰਦੀ ਇਸ ਗੱਲ ਦਾ ਤਾਂ ਕੋਈ ਉਹ ਨਹੀਂ ਕਿਹਾ ਮੈਂ ਹੋਰ ਗੱਲ ਹੀ ਕਹੀ ਐਡੀ ਕੋ ਚੱਲ ਐ ਕਰ ਪਹਿਲਾਂ ਵਧੀਆ ਲੈਚੀ ਵਾਲੀ ਚਾਹ ਬਣਾ ਕੇ ਬਣਾ ਦੋ ਨਾਲ ਨਾ ਰੋਟੀ ਮੰਗੀ ਹੈ ਬਾਪੂ ਨੇ ਬਾਪੂ ਨੂੰ ਰੋਟੀ ਦੀ ਨਹੀਂ ਉਹ ਤਾਂ ਲੱਡੂ ਭਾਉਂਦੀ ਹੈ ਉਹਨੂੰ ਲੱਡੂ ਦੇ ਕੇ ਆਉਂਗੀ ਮੈਂ ਲੋਕਾਂ ਕੋਲ ਨਾ ਜਲੂਸ ਨਾ ਕੱਢਿਆ ਕਰੋ ਮੈਂ ਤੈਨੂੰ ਬਾਰ ਬਾਰ ਕਰ ਕਹੀ ਹੈ ਨਾ ਵੀ ਦੋਨਾਂ ਨੂੰ ਚਾਹ ਪਾਣੀ ਦੋਨਾਂ ਨੂੰ ਇਕੱਠਾ ਕਮਰਾ ਕੀ ਚਾਹ ਪਾਣੀ ਤਾਂ ਲੱਡੂ ਮੰਗਦੀ ਹੈ ਦੇ ਦੂਗੀ ਫਿਰ ਚਾਹ ਪਾਣੀ ਹੁਣ ਤੂੰ ਕੋਲੇ ਦੇਖ ਲਈ ਕਿਵੇਂ ਬੋਲਦੀ ਤੈਨੂੰ ਪਤਾ ਲੱਗ ਜੂਗੀ ਬੇਬੇ ਚ ਕਸੂਰ ਹੈ ਕਿ ਮੇਰੇ ਚ ਕੱਟ ਦੇ ਦੂਗੀ ਚਾਹ ਪਤਾ ਕਰਿਆ ਬਾਪੂ ਨੂੰ ਮਿਲਿਆ ਜਾ ਕੇ ਕੱਟ ਕੋਈ ਨਹੀਂ ਮੇਰੇ ਤੇ ਅੱਗੇ ਚੜਦਾ ਜਾ ਵਗ ਜਾ ਬਾਪੂ ਦਾ ਪਤਾ ਕਰ ਲੈ ਜਾ ਕੇ ਆ ਤੇ ਮੇਰੇ ਤੇ ਚੜ ਗਿਆ ਉਹ ਕੋਈ ਘੱਟ ਤੂੰ ਵੀ ਨਹੀਂ ਆਉਂਦੇ ਨਾ ਨਹੀਂ ਵੀ ਬੇਬੇ ਚ ਕਸੂਰ ਆ ਕਿ ਕਿਹਦੇ ਚ ਉਹ ਤਾਂ ਚੰਗਾ ਭਾਤ ਵਿਚਾਰਾ ਤੁਰਿਆ ਆਇਆ ਹਜੇ ਧੀ ਕੋਲੋਂ ਉਹ ਤਾਂ ਹਾਲ ਚਾਲ ਪੁੱਛਣਾ ਸੀ ਸਾਨੂੰ ਦੋਨਾਂ ਚੁੰਬੜ ਗਈ ਨੂੰ ਸੋਰੇ ਜਾਂ ਤੂੰ ਲੈ ਲੈ ਲੱਡੂਆਂ ਚ ਹੱਥ ਜਾ ਕੇ ਗਾ ਤਰਕਿਆਂ ਦੀਆਂ ਲੱਡੂਆਂ ਵਾਲਾ ਝੋਲਾ ਅੰਦਰ ਉਹ ਧਰਿਆ ਧਰਿਆ ਕੋਈ ਗੱਲ ਨੀ ਆ ਜਾਣਗੇ ਪਰੌਂਠੇ ਲੈ ਕੇ ਤੇਰੇ ਕੋਲੇ ਜੋ ਪਰੌਂਠੇ ਲੈ ਕੇ ਆਈ ਨਾ ਪਰੌਂਠੇ ਤਾਂ ਮੈਂ ਹੀ ਖਾਊਂਗੀ ਖਾ ਲਈ ਪਰੌਂਠੇ ਤਾਂ ਖਾ ਲਈ ਤੂੰ ਆਹ ਲੱਡੂ ਦਾ ਫੜਾਇਆ ਜਵਾਕ ਖਾ ਲੈਣਗੇ ਮੇਰੀ ਨੂੰਹ ਨੂੰ ਫੜਾਇਆ ਕੋਈ ਨੀ ਨੂੰਹ ਨੂੰ ਜਮਾ ਨਹੀਂ ਫੜਾਉਂਦੀ ਇੱਥੇ ਆ ਜਾਣਗੇ ਮੇਰੇ ਕੋਲੇ ਮੇਰੇ ਪੋਤੇ ਪੋਤਿਆਂ ਨੂੰ ਆਪੇ ਖਵਾ ਦੂੰਗੀ ਚੰਗਾ ਚੰਗਾ ਬਗਿਆੜੀ ਨੂੰ ਸਾਰੇ ਕਰ ਤੇਰੇ ਕੋਲੇ ਕੌਣ ਆਉਂਦਾ ਹੈਗਾ ਤੇਰੇ ਕੋਲੇ ਆਊਗਾ ਕੋਈ ਨੀ ਤੇਰੇ ਕੋਲੇ ਆਉਂਦਾ ਕਿਸੇ ਨੂੰ ਤੂੰ ਸਿੱਧੇ ਮੂੰਹ ਤਾਂ ਬੋਲਦੀ ਨਹੀਂ ਤੇਰੇ ਕੋਲੇ ਜਵਾਕ ਕਿੱਥੇ ਆਉਂਦੇ ਐ ਹੋਰ ਬਾਪੂ ਠੀਕ ਐ ਹਾਂ ਹੋਰ ਠੀਕ ਐ ਜੱਗਿਆ ਹਾਂ ਠੀਕ ਐ ਕਦੋਂ ਗਏ ਉਹ ਬਸ ਮੈਂ ਤਾਂ ਹੁਣ ਕੀ ਦੱਸਾਂ ਤੈਨੂੰ ਹੁਣੇ ਆ ਕੇ ਬੈਠਾਂਗਾ ਆ ਮੇਰੇ ਨਾਲ ਆਉਂਦੀ ਤੇਰੀ ਮਾਂ ਕਲੇਸ਼ ਕਰਨ ਲੱਗ ਗਈ ਕਿਉਂ ਕਦੇ ਉਹ ਬਸ ਨਾ ਕੋਈ ਖੈਰ ਨਾ ਸੁੱਖ ਕੁਛ ਨਹੀਂ ਪੁੱਛਿਆ ਨੇ ਤਾਂ ਇਹ ਤਾਂ ਬਸ ਕੱਲਾ ਨਾ ਕਲੇਸ਼ ਹੀ ਕਰੀ ਜਾਂਦੀ ਐ ਬਸ ਇਹਨੂੰ ਕਲੇਸ਼ ਦੀ ਐ ਦੋਨੇ ਪਹਿਲਾਂ ਨੂੰ ਸੱਸ ਲੜੀ ਜਾਂਦੀਆਂ ਇਹ ਓਏ ਮੇਰੀ ਗੱਲ ਸੁਣ ਲੈ ਮੇਰੀ ਨੂੰ ਨਾ ਤੇ ਨਿੰਦਿਆ ਕਰ ਅੱਛਾ ਸਾਰੇ ਖੋਟ ਤੇਰੀ ਮਾਂ ਚ ਨੇ ਅੱਛਾ ਇਹੀ ਕਰਦੀ ਐ ਸਾਰੇ ਪੰਗੇ ਉਹ ਵਿਚਾਰੀ ਕਾਹਨੂੰ ਕੁਛ ਕਹਿੰਦੀ ਐ ਉਹ ਮੈਂ ਵੀ ਤਾਂ ਰੋਟੀ ਖਾਈ ਜਾਂਦਾ ਇਹਦੇ ਲੱਛਣ ਆਪਦੇ ਰੋਟੀ ਖਾਣ ਦੇ ਹੈ ਹੀ ਨਹੀਂ ਹੋਰ ਮੜੀ ਮੜੀ ਗੱਲ ਪਿੱਛੇ ਲੜੀ ਜਾਂਦੇ ਮੈਨੂੰ ਠੰਡੀ ਫੜਾਤੀ ਮੈਨੂੰ ਤੱਤੀ ਫੜਾਤੀ ਮੈਨੂੰ ਚਟਣੀ ਫੜਾਤੀ ਜਿਹੋ ਜਿਹਾ ਹੁੰਦਾ ਘਰੇ ਉਹ ਵੀ ਟਾਈਮ ਪਾਸ ਕਰੋ ਹਣਾ ਚਲ ਕਈ ਵਾਰੀ ਪੁੱਤ ਨਹੀਂ ਵੀ ਹੁੰਦਾ ਹਣਾ ਚਟਣੀ ਨਾ ਵੀ ਖਾਣੀਆਂ ਪੈਂਦੀ ਨਾ ਵੀ ਖਾਣੀਆਂ ਪੈਂਦੀਆਂ ਰੁੱਖੀਆਂ ਮਿੱਸੀਆਂ ਵੀ ਖਾਣੀਆਂ ਪੈਂਦੀਆਂ ਨੇ ਹਾਂ ਤੇ ਨਾਲੇ ਦੇਖ ਲੈ ਉਹ ਤੇਰੀ ਭੈਣ ਕਿ ਇਹਨਾਂ ਦਾ ਵਿਆਹ ਜਾ ਕੇ ਆਈ ਸੀ ਮੈਂ ਤਾਂ 4 ਦਿਨ ਉਹਨਾਂ ਨੇ ਤਾਂ ਘਰ ਸਾਹਮਣੇ ਸੀ ਤਾਂ ਉਹਨਾਂ ਨੇ ਮੈਨੂੰ ਝੋਲਾ ਭਰ ਕੇ ਲੱਡੂਆਂ ਦਾ ਦਿੱਤਾ ਸੀ ਅੱਛਾ ਉਹ ਆ ਦੇਖ ਲੈ ਤੇਰੀ ਬਹੂ ਲਿਆਂਦੀ ਸੀ ਮੇਰੀ ਨੂੰ ਪਾਲੀ ਉਹਨੂੰ ਲੱਡੂ ਫੜਾਏ ਨਹੀਂ ਇਧਰ ਬੈਠ ਕੇ ਚਲੇ ਗਈ ਉਹ ਦੱਸ ਕੀ ਕਰੂਗੀ ਕੀ ਕਰਾਊਗੀ ਇਹਨਾਂ ਅੱਡ ਹੋਣ ਵਾਲੀਆਂ ਗੱਲਾਂ ਕਰਦੀ ਐ ਇਹਨੇ ਤਾਂ ਜੱਗੇ ਅੱਡ ਟੁਕੜਾ ਖਾਣਾ ਐ ਕਿੱਥੇ ਟੁਕੜਾ ਖਾਂਦੀ ਐ ਇਕੱਠੀ ਇਹ ਮੈਂ ਤੈਨੂੰ ਐ ਕਹਿਣਾ ਉਹ ਰੋਜ ਦੇ ਕਲੇਸ਼ ਨਾਲ ਜੱਗੇ ਸਾਨੂੰ ਅੱਡੀ ਕਰ ਦੇ ਨਾ ਨਾ ਮੈਨੂੰ ਮੈਨੂੰ ਲੋਕ ਕੀ ਕਹਿਣਗੇ ਬਾਪੂ ਮੈਂ ਨਹੀਂ ਅੱਡ ਉੱਡ ਕਰਦਾ ਸਾਨੂੰ ਉਹ ਚੱਲ ਤੇਰੀ ਮਰਜ਼ੀ ਐ ਚੰਗਾ ਸੁਣ ਮੈਂ ਫੜਾਇਆ ਕਰੂੰ ਸਾਨੂੰ ਰੋਟੀ ਚੁੱਕ ਦੋ ਨਾ ਤੂੰ ਐ ਕਰਿਆ ਕਰ ਉਹ ਐ ਤਾਂ ਸਾਡੀ ਨੂੰ ਵੀ ਸਾਨੂੰ ਫੜਾ ਦਿੰਦੀ ਐ ਪਰ ਇਹਦੀ
ਕਰਤੂਤ ਹੈ ਨੀ ਰੋਟੀ ਇਹਨੂੰ ਮੈਂ ਫੜਾ ਦੇਖੂੰ ਫਿਰ ਤੂੰ ਐ ਕਰਿਆ ਕਰ ਇਹਨੂੰ ਫੜਾ ਦਿਆ ਕਰ ਤੂੰ ਹਾਂ ਵੀ ਉਹ ਲੜਾਈ ਤਾਂ ਫਿਰ ਮਿਲੂ ਤੂੰ ਮੈਨੂੰ ਜੱਗ ਐ ਦੱਸ ਆਪਣਾ ਕੰਮ ਧੰਦਾ ਕਿਵੇਂ ਕਣਕ ਰਮਾ ਲਈ ਕਣਕ ਹਾਂ ਕਣਕ ਰਮਾ ਦਿਓ ਉਹ ਸਾਰੀ ਸਰੋਂ ਵੀ ਰਮਾਤੀ ਕਣਕ ਵੀ ਰਮਾਤੀ ਸਰੋਂ ਵੀ ਰਮਾਤੀ ਹਾਂ ਸਰੋਂ ਵੀ ਰਮਾਤੀ ਉਹ ਨਾਲੇ ਮੇਰੀ ਗੱਲ ਸੁਣ ਲੈ ਉਹ ਤੇਲਾ ਤੂਲਾ ਜਾਂ ਆਲਬਾਲੀ ਹੋਈ ਪਈ ਹੈ ਮਾੜਾ ਮੋਟਾ ਕੋਈ ਸਪਰੇਅ ਵੀ ਕਰ ਦਿਆ ਕਰ ਦੇਖ ਕੇ ਸਪਰੇਅ ਨਾ ਆਇਆ ਸੀਗਾ ਮੈਂ ਦੇਖ ਕੇ ਆ ਤੇਲਾ ਹੈ ਥੋੜੀ ਹੈ ਮੈਂ ਕਿਹਾ ਕਾਹਨੂੰ ਖਰਚਾ ਕਰਨਾ ਪੈਂਦਾ ਕਾਹਨੂੰ ਤੂੰ ਤਾਂ ਖਰਚੇ ਤੋਂ ਡਰੀ ਜਾਂਦਾ ਆ ਤੇਰੀ ਭੈਣ ਕੇ ਤਾਂ ਸਾਰੇ ਸਪਰੇਹਾਂ ਕਰੀ ਜਾਂਦੇ ਨੇ ਕਰਨ ਵੀ ਲੱਗ ਜਾਂਦਾ ਕਰਨ ਵੀ ਲਾ ਕੇ ਤੂੰ ਤਾਂ ਖਰਚਾ ਖਰਚਾ ਸੋਚੀ ਜਾਂਦਾ ਤਾਂ ਹੀ ਤਾਂ ਤੇਰੇ ਫਸਲ ਘੱਟ ਹੁੰਦੀ ਹੈ ਉਧਰ ਮੀਂਹ ਕਰੀ ਪਏਗਾ ਓਏ ਉਧਰ ਤਾਂ ਮਾੜਾ ਮੋਟਾ ਮੀਂਹ ਮੂਹ ਪੈ ਗਿਆ ਸੀਗਾ ਇਧਰ ਆਪਣੇ ਤਾਂ ਖੁਸ਼ਕੀ ਹੈ ਆਪਣੇ ਤਾਂ ਖੁਸ਼ਕੀ ਹੋਈ ਪਈ ਹੈ ਚਲ ਕੋਈ ਨਹੀਂ ਜਿਹੜੇ ਕਰਮਾਂ 'ਚ ਹੁੰਦੇ ਨੇ ਚਾਰ ਮਣ ਦਾਣੇ ਤਾਂ ਉਹੀ ਹੋਣਗੇ ਤੂੰ ਐਂ ਕਰ ਆ ਮੇਰੀ ਨੂੰਹ ਨੂੰ ਕਿਹਾ ਸੀ ਪਾਲੀ ਨੂੰ ਮੇਰੇ ਵਾਸਤੇ ਰੋਟੀ ਲਿਆਓ ਚਲ ਮੈਂ ਰੋਟੀ ਨਹੀਂ ਖਾ ਮੈਂ ਕਹਿ ਰਿਹਾ ਬਾਪੂ ਫਿਰ ਚੰਗਾ ਹਾਂ ਚੰਗਾ ਪੁੱਤ ਆਲੇ ਦੇਖ ਲੈ ਮੇਰਾ ਪੁੱਤ ਵੀ ਕਿੰਨਾ ਚੰਗਾ ਹੈਗਾ ਕਹਿੰਦਾ ਕਿ ਮੈਂ ਫੜਾ ਜਾ ਕਰੂੰ ਰੋਟੀ ਇਹਨੂੰ ਉਹ ਤੂੰ ਕਿੰਨਾ ਚਿਰ ਇਹਨੂੰ ਰੋਟੀ ਫੜਾਏਗਾ ਤੂੰ ਖੇਤ ਬੰਨੇ ਕੰਮ ਕਰੇਗਾ ਇਹਨੂੰ ਰੋਟੀਆਂ ਫੜਾਏਗਾ ਉਹ ਮੈਂ ਆਖਿਆ ਸਾਨੂੰ ਅੱਡ ਕਰ ਦੇ ਅੱਡ ਕਹਿੰਦਾ ਮੈਂ ਤੁਹਾਨੂੰ ਕਰਦਾ ਨਹੀਂ ਚੱਲ ਤੇਰੀ ਮਰਜ਼ੀ ਹੈ ਪੁੱਤ ਕਿਵੇਂ ਮਰਜ਼ੀ ਕਰ ਲੈ ਕੀ ਖਾਂਦਾ ਫਿਰਦਾ ਉਹ ਰੋਟੀਆਂ ਕੋ ਖਾਂਦਾ ਫਿਰਦਾ ਲੱਡੂ ਲੈ ਲੈ ਤੇਰੀ ਅੰਬੋ ਤੋਂ ਤੇਰੀ ਬੇਬੇ ਤੋਂ ਲੱਡੂ ਲੈ ਲੈ ਉਹ ਕਿੱਥੇ ਜਵਾਕਾਂ ਨੂੰ ਕਿੱਥੇ ਲੱਡੂ ਦਿੰਦੀ ਆ ਉਹ ਲੱਡੂ ਫੜਾ ਦੇ ਜਵਾਕਾਂ ਨੂੰ ਇਹਨੂੰ ਅੰਦਰ ਵੀ ਲਈ ਬੈਠੀ ਹੈ ਦੱਸ ਕੀ ਕਰੇਂਗੇ ਜਵਾਕ ਤਾਂ ਰੋਟੀ ਖਾਂਦਾ ਫਿਰਦਾ ਤਾਂ ਬਾਹਲੀ ਭੁੱਖੀ ਹੈ ਇਹ ਕਿੱਥੇ ਜਵਾਕਾਂ ਨੂੰ ਲੱਡੂ ਦਿੰਦੀ ਹੈ ਪਾਲੀ ਪੁੱਤ ਆ ਰੋਟੀ ਲਿਆ ਮੇਰੇ ਵਾਸਤੇ ਲੈ ਫੜਾਇਆ ਮੈਂ ਰੋਟੀ ਲੈ ਉੱਥੋਂ ਤੋਂ ਉੱਠ ਕੇ ਪਤਾ ਨੀ ਕਿੱਧਰ ਟੱਪ ਗਈ ਝੋਲਾ ਵੀ ਲੈ ਗਈ ਲੱਡੂ ਵਾਲਾ ਚੱਕ ਕੇ ਐਡੀ ਉਹ ਹੈ ਵੀ ਲੱਡੂ ਨਕਦੇ ਖਾ ਲੈਣ ਜਵਾਕ ਜੇ ਅਸੀਂ ਖਾ ਲਾਂਗੇ ਦੋ ਤਾਨੇ ਮਿਣੇ ਐਵੇਂ ਮਾਰਦੀ ਰਹਿੰਦੀ ਹੈ ਤੂੰ ਕਿਉਂ ਹਰਕਦੀ ਹੁੰਨੀ ਹੈ ਤੂੰ ਰੋਟੀ ਖਾ ਲੈ ਬਾਪੂ ਪੁੱਤ ਮੈਂ ਐ ਕਰਦਾ ਮੈਂ ਉੱਥੇ ਅੰਦਰ ਹੀ ਬੈਠ ਕੇ ਜਾ ਕੇ ਖਾ ਲੈਣਾ ਨਾ ਤੂੰ ਰੋਟੀ ਖਾਣੀ ਤੇ ਇੱਥੇ ਬਹਿ ਕੇ ਖਾ ਲੈ ਫਿਰ ਮੈਂ ਰੋਟੀ ਤੈਨੂੰ ਵੀ ਨਹੀਂ ਫੜਾਉਂਗੀ ਲੈ ਪੁੱਤ ਮੇਰੀ ਗੱਲ ਸੁਣ ਲੈ ਹਾਂ ਉਹ ਕੀ ਗੱਲ ਹੈ ਨਾਲੇ ਉਹ ਦੋ ਰੋਟੀਆਂ ਖਾ ਲੂਗੀ ਉੱਥੇ ਆਪੇ ਖਾ ਲੂਗੀ ਚੱਕ ਕੇ ਤੂੰ ਰੋਟੀ ਖਾਣੀ ਖਾ ਲੈ ਵਧੀਆ ਤੈਨੂੰ ਚੰਗਾ ਕਿਉਂ ਪਾਕ ਲਿਆ ਕਿ ਤੇਰੇ ਦੋ ਪਰੌਂਠੇ ਲਾ ਕੇ ਦਿੱਤੇ ਰੋਟੀ ਖਾ ਲੈ ਬਹਿ ਕੇ ਇੱਥੇ ਕੋਈ ਨਹੀਂ ਪੁੱਤ ਤੂੰ ਐਂ ਨਾ ਕਰ ਮੈਂ ਬੈਠ ਇੱਥੇ ਬਾਪੂ ਰੋਟੀ ਖਾ ਇੱਥੇ ਬਹਿ ਕੇ ਰੋਟੀ ਖਾ ਕੇ ਜਾਈਂ ਤੂੰ ਚੱਕ ਲੈਂਦਾ ਮੂੰਹ ਉੱਧਰ ਨੂੰ ਭੱਜ ਲੈਂਦਾ ਬਾਪੂ ਤੂੰ ਮੇਰੀ ਗੱਲ ਸੁਣ ਲੈ ਤੇਰੀ ਸੁੱਬਰ ਕਰ ਦੂ ਤੇਰੇ ਹਲਕ ਚੜਾ ਦੂ ਮੁਰਕੀ ਉਹ ਤੂੰ ਤਾਂ ਸਿਆਣੀ ਹੈ ਪੜ੍ਹੀ ਲਿਖੀ ਹੈ ਉਹ ਤਾਂ ਕਮਲੀ ਹੈ ਸਿੱਧਰੀ ਹੈ ਉਹ ਤਾਂ ਜਵਾਨ ਪੜ੍ਹ ਹੈ ਤੂੰ ਐਂ ਨਾ ਕਰ ਪੁੱਤ ਆ ਮੈਨੂੰ ਫੜਾ ਜੇ ਮੈਂ ਸਾਰਾ ਸਮਾਨ ਉੱਥੇ ਬਾਪੂ ਆ ਜਿਹੜੇ ਤੇਰੇ ਰੋਟੀ 'ਚ ਘਿਓ ਕੋ ਪਾਇਆ ਨਾ ਸਾਰੀ ਆਪ ਹੀ ਝੁਲਸ ਜੂਗੀ ਤੈਨੂੰ ਦੇਣੀ ਨਹੀਂ ਰੋਟੀਆਂ ਨੇ ਕੋਈ ਨਹੀਂ ਪੁੱਤ ਤੂੰ ਖਾ ਲੈ ਬੈ ਤੂੰ ਰੋਟੀ ਇੱਥੇ ਉਹ ਪੁੱਤ ਤੂੰ ਕਿਉਂ ਮੈਂ ਰੋਟੀ ਖਾ ਲਾ ਬੁਰਕੀ ਤੋੜ ਕੇ ਲਾ ਕੇ ਵੇਖ ਸਬਜ਼ੀ ਕਿੰਨੀ ਸਵਾਦ ਆ ਪਤਾ ਤੂੰ ਮੇਰੀ ਸੇਵਾ ਕਰਦੀ ਆ ਬਥੇਰਾ ਕਿਉਂ ਪਾਇਆ ਉਹ ਪੁੱਤ ਕਿਉਂ ਸਾਰੀ ਉਮਰ ਕੱਢੀ ਅਸੀਂ ਇਕੱਠਿਆਂ ਨੇ ਐਂ ਨਾ ਕਰ ਪੁੱਤ ਸਾਨੂੰ ਉੱਥੇ ਇਕੱਠਿਆਂ ਨੂੰ ਬਹਿ ਕੇ ਜਾ ਜਾ ਉਹੜਾ ਫਿਰ ਖਾ ਲਿਆ ਕਰ ਰੋਟੀ ਉਸੇ ਤੂੰ ਲੈ ਕੇ ਕੋਈ ਨਹੀਂ ਪੁੱਤ ਅਸੀਂ ਇੱਥੇ ਇਕੱਠੇ ਹੀ ਖਾ ਲਾਂਗੇ ਰੋਟੀ ਖਾ ਲਾ ਪੁੱਤ ਪਾਣੀ ਫੜਾ ਜੀ ਲੱਸੀ ਹੈਗੀ ਰੜਕੀ ਨਹੀਂ ਹੈਗੀ ਲੱਸੀ ਅੱਜ ਦੁੱਧ ਨਹੀਂ ਜੰਮਿਆ ਹੈਗਾ ਉਹ ਚੰਗਾ ਪੁੱਤ ਨਹੀਂ ਰੜਕੀ ਫਿਰ ਦਹੀਂ ਲਿਆਣੀ ਦਹੀਂ ਤਾਂ ਹੋਊਗੀ ਜੇ ਦੁੱਧ ਨਹੀਂ ਜੰਮਿਆ ਦਹੀਂ ਕਿਵੇਂ ਬਣ ਜੂ ਤਾਂ ਸਿਆਣਾ ਬਣਾ ਤੈਨੂੰ ਨਹੀਂ ਪਤਾ ਪੁੱਤ ਮੈਂ ਤਾਂ ਆਦੇ ਲੜਕਿਆ ਵੀ ਪੀ ਰਿੰਦਾ ਤੂੰ ਆਦੇ ਲੜਕੀ ਲਿਆ ਦਿੰਦੀ ਧੋ ਕੇ ਨਹੀਂ ਆਉ ਤੈਨੂੰ ਪਿਆ ਜੇ ਲੜਕੀ ਰੋਟੀ ਖਾਣੀ ਹੈ ਖਾ ਲੈ ਜਾ ਕੇ ਬਹਿ ਜਾ ਪਾਣੀ ਲੈ ਤੇ ਘੁੱਟ ਲਿਆ ਦੂੰਗੀ ਚੰਗਾ ਕੋਈ ਨਹੀਂ ਪੁੱਤ ਪਾਣੀ ਚ ਲਿਆ ਦੇ ਫਿਰ ਤੂੰ ਕੋ ਹਰਖਦੀ ਹੈ ਪਾਣੀ ਉਹਨੂੰ ਕਹਿ ਨਹੀਂ ਅੰਦਰ ਬੈਠੀ ਹੈ ਲੱਡੂ ਮਕਈ ਓਏ ਉਹ ਕਿੱਥੇ ਮੈਨੂੰ ਪਾਣੀ ਫੜਾਉਂਦੀ ਹੈ ਹਾਂ ਤੇ ਲੱਡੂ ਤਾਂ ਪਹਿਲੀ ਤਾਂ ਜਿਹੜੇ ਬੱਬਰ ਚ ਪਾ ਤੇ ਤੂੰ ਲਿਆ ਪੁੱਤ ਨਾ ਮੈਂ ਤਾਂ ਨਹੀਂ ਉਹ ਸਾਨੂੰ ਕਹਿਦੀ ਪਾਣੀ ਦੇਖ ਸ਼ਰਮ ਨਹੀਂ ਆਉਂਦੀ ਬੜੇ ਹੋਏ ਨੂੰ ਰੋਟੀ ਚ ਕੱਚੀ ਖਾ ਲਾਂਗੇ ਵੀ ਤੂੰ ਨੋ ਪੁੱਤਰੀ ਦੀ ਸ਼ਰਮ ਕਰ ਮਾਰੀ ਮੋਟੀ ਸਾਰੀ ਉਮਰ ਕੱਢੀ ਤਾਂ ਹੈ ਹੁਣ ਤਾਂ ਸ਼ਰਮ ਮੰਨੋ ਮਾਰੀ ਮੋਟੀ ਵੀ ਰੋਟੀ
ਅੱਡ ਉੱਡੀ ਬਹਿ ਕੇ ਖਾ ਲਈਏ, ਫਿਰ ਰੋਟੀ ਤਾਂ ਅਸੀਂ ਇਕੱਠੇ ਹੀ ਖਾਵਾਂਗੇ। ਉਹਦੇ ਬਿਨਾਂ ਇਹ ਨੀ ਸਾਹ ਲੈਂਦਾ, ਉਹ ਨਾਲੇ ਇਹਨੂੰ ਚਾਰੇ ਚੱਕ ਚੱਕ ਪੈਂਦੀ ਆ, ਖੁੰਡੀਆਂ ਨਾਲ ਤੇਰੇ ਢੂਹੀ ਉਹੀ ਭੰਨੂਗੀ। ਜਾ ਰੋਟੀਆਂ ਲੈ ਕੇ ਖਵਾਓ ਤੈਨੂੰ ਪਰੌਂਠੇ ਅੰਦਰ, ਖਾ ਲਾ ਜਾ ਕੇ, ਹੁਣ ਆਏਗਾ ਰਿੰਗਦਾ ਬਾਹਰ ਕੱਟੇ ਹੋਊ ਜਦੋਂ ਮਾਰਗਾ ਦੋ ਖੁੰਡੀਆਂ। ਲੱਡੂਆਂ ਨੂੰ ਨਾ ਜਿੰਦਾ ਲਾ ਕੇ ਰੱਖੂ, ਇੱਕ ਲੱਡੂ ਦੇਗੀ ਤਾਂ ਕਹੀ ਨੀ ਜਿੰਦਾ ਜੁੰਦਾ ਤਾਂ ਨੀ ਮੇਰਾ ਖਰਾਬ ਕਰਤਾ ਕਿਤੇ ਲੋਕ। ਲੈ ਖਾ ਲਏ ਹੁਣ ਲੱਡੂ, ਦੇਊਂਗੀ ਤੁਹਾਨੂੰ ਲੱਡੂ। ਚਾਬੀ ਵੀ ਇਹੋ ਜਿਹੇ ਥਾਂ ਲੁਕਾਉ ਜਿਹੜੀ ਨਾ ਨੂੰਹ ਨੂੰ ਧਿਆਵੇ ਤੇ ਨਾ ਸਹੁਰੇ ਨੂੰ ਧਿਆਵੇ, ਚਾਬੀ ਦਾ ਵੀ ਨਾ ਪਤਾ ਲੱਗੇ। ਲੈ ਹੁਣ ਆਉਂਦਾ ਰੋਟੀਆਂ ਚੱਕੀ ਮੇਰੇ ਕੰਨੀ, ਦੇਗੀ ਨੂੰ ਪਰੌਂਠੇ, ਦੇਗੀ ਨੂੰ ਪਰੌਂਠੇ ਬਣਾ ਕੇ। ਜਵਾਕ ਨੂੰ ਲੱਡੂ ਦੇ ਦਿੰਦੀ ਦੋ, ਦੇ ਦੂੰਗੀ ਜੇ ਜਵਾਕ ਮੇਰੇ ਕੋਲੇ ਆਊਗਾ। ਜਵਾਕ ਵੀ ਗਜਾ ਰੱਖਿਆ, ਰੋਟੀਆਂ ਫੜਾ ਕੇ ਗਈ ਹੈ ਨਾ, ਕੀ ਲੈ ਕੇ ਗਈ ਹੈ? ਉਹ ਤਾਂ ਕਹਿੰਦੀ ਲੱਡੂ ਨੇ ਮੇਰੇ ਦਿੰਦੀ ਸੀ, ਮੇਰੇ ਪੇਕਿਆਂ ਤੋਂ ਲੱਡੂ ਆਏ ਸੀ, ਉਹ ਲੈ ਕੇ ਗਈ ਹੈ। ਅੱਛਾ ਨਾ ਹਾਂ ਲੱਡੂ ਨੂੰ ਕਿਤੇ ਦੇ ਤਾਂ ਥੋੜੀਆਂ ਨਾ ਭੰਨੇ ਨੂੰ ਫੜਦੇ ਲੈ, ਉਹ ਫਿਰ ਜੇ ਥੋੜੀ ਲੈ ਕੇ ਕੁੱਟ ਗਏ ਨਾ ਤਾਂ ਵੀ ਨਹੀਂ ਜੁੜਦੇ। ਮੇਰੀ ਗੱਲ ਜਿਹੜਾ ਮੁਸ਼ਕ ਕੇ ਉਹਦੇ ਚੱਕ ਕੇ ਫੜਾਤੇ ਨੇ, ਜਿਹਨੇ ਮੇਰੇ ਕੋਲ ਹੁਣ ਆ ਗਏ, ਹੁਣ ਤਾਂ ਮੇਰੀ ਧੀ ਨੇ ਦੇ ਤੇ, ਹੁਣ ਤਾਂ ਮੈਂ ਇਹੀ ਖਾਊਂਗੀ। ਆ ਤੇ ਲੋਕ ਲਾਇਆ ਤੇ ਜੇ ਦਿੰਦਾ ਤੇ ਅਗੇ ਲੱਡੂ ਤੇ ਜਾਣ ਨਾ ਮੇਰੇ ਬਗੈਰ। ਉਹ ਮੇਰੀ ਗੱਲ ਸੁਣ, ਉਹ ਜਵਾਕਾਂ ਨੂੰ ਤਾਂ ਦੇ ਦੇ ਲੱਡੂਆਂ ਤਾਂ, ਜੇ ਇਹ ਆਹਾ ਕਰੜੇ ਹੋ ਗਏ ਨਾ ਆਹ ਵੀ ਹੋ ਜਾਣਗੇ ਪੈ। ਆ ਪੜ, ਆ ਪੜ ਲੱਡੂ ਤੇ ਨਹੀਂ ਮਾਰੀਆਂ ਨਾ ਦੋ ਖੁੰਡੀਆਂ ਤੇਰੇ ਤੇ ਤੂੰ ਹੀ ਕੁੱਪ ਕੱਢ ਦੂੰ ਤੇਰਾ ਮੈਂ। ਉਹ ਕਿਉਂ ਮੈਂ ਲੜੀ ਜਾਨੀ ਆ, ਮੈਂ ਤਾਂ ਲੜਾ ਨਾ ਤੇਰੇ ਨਾਲ ਤੇ ਰੋਟੀ ਲੈ ਕੇ ਆਇਆ। ਜਾ ਜਾ ਮੈਂ ਆਪੇ ਖਾ ਲੂੰਗੀ ਪਰੌਂਠੇ, ਇਹਲੇ ਪਰੌਂਠੇ ਤੂੰ ਖਾ ਲਈ, ਰੋਟੀਆਂ ਮੈਂ ਖਾ ਲੂੰਗਾ। ਚੱਲ ਜਾ ਨਿਕਲ ਪਰਿਆ ਲੱਡੂ ਲੈ ਕੇ, ਫੜਾਇਆ ਆਪਣੇ ਮੂੰਹ ਨੂੰ, ਚੱਲ ਜਾ ਪਰੇ। ਸਾਰੇ ਲੱਡੂ ਡੋਲਤੇ ਯਾਰੇ, ਪੱਖ ਲੈਣਾ ਤੂੰ ਬਾਹਰ। ਉਹ ਕੀ ਕਰਾਂ ਪੁੱਤ, ਲੈ ਛੱਡ ਇਹਨਾਂ ਨੂੰ ਲੱਡੂਆਂ ਨੂੰ, ਲੈ ਲੈ ਇਹ ਤਾਂ ਖੁੰਡੀਆਂ ਨਾਲ ਨਹੀਂ ਖੁੱਡਦੇ, ਬੜੇ ਨਾਲ ਗੱਲ ਕਿੱਥੋਂ ਲੈ ਰਹੇ ਹੋ? ਲੱਡੂਆਂ ਦੇ ਕਿਉਂ ਖੁੱਡੀ ਮਾਰੀ ਜਾਂਦੀ ਹੈ? ਚੱਲ ਚੱਲ ਛੱਡ ਪਰੇ ਲੱਡੂ, ਖੜੀ ਹੋਣਾ ਦਾ ਕੰਮ ਕਰ ਜਾ ਕੇ, ਮੈਂ ਹੈਗੀ ਆ। ਕੰਮ ਕਰ ਲੱਤੋੜ ਮੈਂ ਤੇ ਲੱਤਾਂ ਵਾਹਾਂ, ਇਹ ਨਹੀਂ ਆਉਂਦਾ ਸਾਨੂੰ, ਇਹ ਆਪੇ ਚੱਕ ਲੂ ਸਾਹਮਣੇ ਤੂੰ ਪੈਸਾ ਰੱਖਣ ਦੇ ਉੱਤੇ। ਤੂੰ ਪਰੇ ਜਾ, ਮੈਂ ਤੈਨੂੰ ਨਸਾ ਕਰੇ ਮਾਰ ਦੂੰ, ਮੇਰੇ ਮਾਰੂ ਗੱਲ ਤੂੰ ਖੜਾ ਹੋ, ਨਹੀਂ ਤਖੜਾ ਬੱਸ ਬੈਠੀ ਸੀ, ਬੈਠੀ ਸੀ, ਲੈ ਬੱਸ ਤੂੰ ਪਰੇ ਮਾਰ ਕੇ ਛੱਡ ਇਹਨੂੰ, ਛੱਡ ਤੂੰ ਖੜਾ ਹੋ ਜਾ ਬਾਹਰ ਮਾਰ ਦੇ ਬਈ, ਕੋਈ ਤੂੰ ਬਗ ਜਾ, ਬਗ ਜਾ ਬਥੇਰੇ ਪਰੌਠੇ ਖਾ ਲੇ, ਬਗ ਜਾ ਤੂੰ, ਮੈਂ ਬਾਹਰ ਜਾ ਕੇ ਖਾਣਾ ਖਾਧੀ, ਤੂੰ ਅੰਦਰ ਜਾ ਕੇ ਖਾਣਾ, ਬਰਤੀ ਬਰਤੀ ਤੋੜ ਕੇ ਖਾਵਾਂਗੇ। ਕੋਈ ਨੀ ਪੁੱਤ ਕੋਈ ਨੀ, ਤੂੰ ਜਾਣੀ ਆ ਕਿ ਨਾ ਆਈ ਨਹੀਂ ਬੋਲਦੇ, ਹੋਰ ਮੈਂ ਗੱਲ ਕਰੀ ਖਾਣੀ ਬਰਤੀ ਵਾਲੀ ਨਹੀਂ ਤੇ ਬਰਤੀ ਤੋਂ ਅੰਦਰ ਬਹਿ ਕੇ ਖਾਂਦਾ ਸੀ ਕੇ ਖਾਊਂਗਾ, ਮੈਨੂੰ ਆ ਭੁੱਖਾ ਮਰਨਾ, ਲੈ ਮਰੂਗੀ ਹੁਣ ਨਾਲ ਮਰੀ, ਚਲੋ ਭੁੱਖੇ ਆ ਦੇਖ ਲੈ ਮੈਨੂੰ ਕੀ ਕੀ ਆ ਦੇ ਤੇ ਲੱਡੂ ਕੀ ਬਲਾਉਣੀ, ਮੈਂ ਖਾਣੇ ਨੇ ਕਰਨੇ ਇਹਨਾਂ ਨੇ ਬੇਸਬਰਿਆਂ ਨੇ। ਲੈ ਜਾ ਸੁੱਕੇ ਲੱਡੂ ਲੈ ਕੇ ਆਉਂਗੀ, ਔਰ ਹਰ ਖੁੰਡੀ ਜਿੰਨੀਆਂ ਕਰਵਾਉਣੇ ਨਾ ਤੂੰ ਕਰਵਾਉਣਾ ਮੇਰੇ ਨਾਲ, ਉਹ ਨਾ ਤਾਂ ਸੁੱਕੜਾ ਖਾਣਾ ਹੈ, ਮੈਨੂੰ ਖਾਣ ਦੇਣੀ ਕੀ ਗੱਲ ਆ, ਮੈਂ ਦੇਖ ਲੈ ਮੇਰੀ ਨੂੰ ਤਾਂ ਮੇਰੇ ਵਾਸਤੇ ਪਰੌਠੇ ਪਕਾ ਕੇ ਲਈ ਸੀ,
ਪੰਜਾਬੀ ਚਾਦਰੇ ਦੀ ਕਮੀ ਰਹੀ ਇਹ ਵੀ ਬੰਨ ਲਾ ਹੁਣ ਚਾਦਰੇ ਵੀ ਬੰਨਦੀਆਂ ਨੇ ਅੱਜ ਕੱਲ ਕੁੜੀਆਂ ਪੜ੍ਹੀਆਂ ਲਿਖੀਆਂ ਚਾਦਰੇ ਪੰਜਵੇਂ ਚਾਦਰੇ ਰਾਜੂ ਹੈ ਪਜਾਮਾ ਨਹੀਂ ਪਤਾ ਕੁੱਤਾ ਇਹਦਾ ਪੜਾ ਇਹ ਕੀ ਜਾਣਦੀ ਹੈ ਛੜ ਕਰਦੀ ਹੈ ਕਿਵੇਂ ਜਾਣਦੀ ਹੈ ਇਹ ਲੱਛਣ ਕਹਾਰੀ ਇਹ ਮੈਂ ਤਾਂ ਮਾ ਕੱਟੇ ਗਿਆ ਬੰਦਾ ਮਣੀਆਂ ਇਹ ਨਹੀਂ ਮਾਰੇ ਮੈਂ ਤੂੰ ਕੀ ਪਾਲਦੀ ਹੈ ਤੂੰ ਮੈਥਾ ਕੀ ਪਾਲਣਾ ਸੀਗਾ ਤੁਹਾਡੇ ਨਾਲ ਰੱਖਦੀ ਮੇਰੇ ਨਾਲ ਲਾਮਾ ਨਾ ਤੈਨੂੰ ਰਾਇਤ ਜੇ ਤੈਨੂੰ ਆਖਿਆ ਭਾਈ ਛੂਟ ਪਾ ਮੈਂ ਪਜਾਮੇ ਪਾਉਣੀ ਹੈ ਤੇਰਾ ਪੁੱਤ ਸਮਾ ਕੇ ਦਿੰਦਾ ਮੈਨੂੰ ਪਲਾਜੋ ਵੱਜਦੇ ਨਾਲ ਇਹ ਘੱਗਰੇ ਪਾਉਣੀ ਹੁੰਦੀ ਸੀ ਘੱਗਰਾ ਪਾਉਣਾ ਹੁੰਦਾ ਸੀ ਨਾ ਇੱਥੋਂ ਤੱਕ ਸਾਰਾ ਢਕਿਆ ਜਾਂਦਾ ਸੀ ਘੱਗਰੇ ਚ ਨੀ ਥੱਲੇ ਦੀ ਸਲਵਾਰ ਹੁੰਦੀ ਤੁਸੀਂ ਘੱਗਰਾ ਕੋਈ ਨੀ ਪੁੱਤ ਘੱਗਰਾ ਬਤੇ ਰਾਹ ਵੇਖੀ ਅੱਜ ਬਹਿੰਦੀ ਲੱਤਾਂ ਵੀ ਨਾ ਬੈਠੀ ਲਵਾਂ ਖੁੰਡੀਆਂ ਕਰੂ ਸਿੱਧਾ ਕਰ ਲਈ ਸਿੱਧਾ ਆਪਣੇ ਗੱਲ ਕਰਕੇ ਵੇਖ ਲਈ ਤੂੰ ਕੋਈ ਨੀ ਕਰ ਲੂੰਗੀ ਕਰ ਲੂ ਜਾ ਜਾ ਤੂੰ ਜੱਗੇ ਨੂੰ ਭੇਜ ਪੁੱਤ ਤੂੰ ਨਾ ਲੜ ਤੂੰ ਲੜਦੀ ਸੁਣੀ ਨਹੀਂ ਚੁੱਪ ਕਰਕੇ ਤੈਨੂੰ ਦੇ ਚੱਕ ਲਿਆ ਆ ਨਹੀਂ ਤਾਂ ਲੱਡੂ ਲਿਆ ਮੁਸ਼ਕੇ ਮੇਰੇ ਗੁਲਾ ਚੱਕ ਚੱਕ ਲਿਆ ਆ ਪੁੱਤ ਜਵਾਕਾਂ ਨੂੰ ਦੇ ਦੀ ਲੱਡੂ ਲੈ ਕੇ ਲੈ ਲੈ ਆ ਲੱਡੂ ਕਰੀ ਚੱਲ ਕੰਮ ਚੱਕ ਲੈ ਭਾਂਡੇ ਹੁਣ ਤੇ ਇੱਥੋਂ ਕੰਮ ਹੀ ਕਰ ਕਿਉਂ ਚੱਕੇ ਤੂੰ ਚੱਕ ਤੂੰ ਲੈ ਕੇ ਜਾ ਦੇਖ ਚਮਚਾ ਛੱਡ ਪੇ ਚੱਕ ਕੇ ਲਿਆ ਉਹਦੇ ਨਾਲ ਜਾ ਨਵਾਂ ਨਹੀਂ ਚੱਕਦੀ ਮਾਰਾ ਸਿਰ ਚ ਤੇਰੇ ਕਾਹਨੂੰ ਪੁੱਤ ਮਾਰ ਕੇ ਦੇਖ ਮੈਂ ਹੱਥ ਤਾਂ ਨਾ ਨੇੜੇ ਤਾਂ ਸਾਰੀ ਗੱਲ ਦੱਸ ਕੇ ਗਿਆ ਸੀ ਕਹਿੰਦਾ ਮੇਰੀ ਮਾਂ ਤਾਂ ਬਾਹਲਾ ਲੜਦੀ ਆ ਉਹ ਮੈਨੂੰ ਯਕੀਨ ਨੀ ਸੀ ਆਹ ਦੇਖ ਲੈ ਮਾਂ ਲੜਦੀ ਮਾਂ ਨੂੰ ਕਹਿੰਦਾ ਐ ਕਰ ਮੈਂ ਚੱਕਦੀ ਆ ਝੋਲਾ ਮੈਂ ਤਾਂ ਉਹਦੇ ਪਿੰਡ ਜਾਂਦੀ ਆ ਫਿਰ ਮੈਂ ਤਾਂ ਜੱਗੇ ਨੂੰ ਇਹ ਗੱਲ ਕਹੀ ਸੀ ਮਾਂ ਸਾਨੂੰ ਤੂੰ ਬੈਠ ਕੇ ਅੱਡ ਕਰ ਦੇ ਅਸੀਂ ਅੱਡ ਟੁਕੜਾ ਖਾ ਲਾਂਗੇ ਇਹ ਕਿੱਥੇ ਮਹਾਂ ਟੁਕੜਾ ਖਾਣ ਦਿੰਦੀ ਹੈ ਜਾਂ ਤਾਂ ਅੱਡ ਹੋ ਜਾ ਤੇ ਜਾਂ ਬੰਦਿਆਂ ਵਾਂਗੂ ਮੰਜੇ ਤੇ ਬੈਠੀ ਨੂੰ ਰੋਟੀ ਥਾਲ ਚ ਧਰ ਕੇ ਫੜਾ ਕੇ ਜਾਵੇ ਜਾਏਗੀ ਰੋਟੀ ਤੈਨੂੰ ਫੜਾਉਂਦੀ ਆਏਗੀ ਮੈਨੂੰ ਕੋਈ ਨੀ ਤੇਰੇ ਪੁੱਤ ਨੂੰ ਕਹੀ ਜੱਗੇ ਨੂੰ ਕਹੀ ਜੱਗੇ ਨਾਲ ਗੱਲ ਕਰੀ ਕੋਈ ਨੀ ਹਾਂ ਮੇਰੇ ਕੋਈ ਸਾਰੀ ਜੱਗੇ ਨਹੀਂ ਕਰੂ ਮੈਂ ਹਾਂ ਤੂੰ ਦੇਖਦਾ ਜਾਈ ਜਿਹੜੀ ਜ਼ਮੀਨ ਹੈ ਨਾ 10 ਕਿੱਲੇ ਮੇਰੇ ਨਾਲ ਹੀ ਹੈ ਕੋਈ ਨਹੀਂ ਤੂੰ ਜੱਗੇ ਨਾਲ ਗੱਲ ਕਰ ਲੈ ਮੇਰੇ ਬਾਰੇ ਸਾਰੀ ਜ਼ਮੀਨ ਰੱਖ ਦੱਸ ਦੇ ਆ ਵੀ ਨੂੰ ਸਾਡੇ ਸਨੇਹਾ ਮੈਂ ਤਾਂ ਜਾਣਾ ਮੇਰੇ ਨਾਲ ਇੰਨਾ ਮੈਂ ਤਾਂ ਜਾ ਕੇ ਰਾਮ ਪੈ ਜਾ ਜਾ ਕੱਲਾ ਰਾਮ ਖਵਾਤੇ ਤੂੰ ਪਰੌਠੇ ਪਰੌਠੇ ਤਾਂ ਤੇਰੀ ਨੂੰ ਕਲਸ਼ਣੀ ਹੈ ਕਲਸ਼ਣੀ ਕਿੱਥੇ ਦਿੰਦੀ ਹੈ ਪਰੌਠੇ ਨਾ ਤਾਂ ਤੈਨੂੰ ਖਾਣ ਦਿੱਤੇ ਨਾ ਮੈਨੂੰ ਖਾਣ ਦਿੱਤੇ ਉਹ ਪਏ ਠੰਡੇ ਹੋ ਗਏ ਮੈਂ ਤਾਂ ਮਾੜਾ ਜਿਹਾ ਕਸਬਾ ਲੱਡੂ ਲੈ ਜਾ ਚੱਕ ਕੇ ਤੂੰ ਵੀ ਲੱਛਣ ਕਰਦਾ ਉਹ ਹੀ ਡਿੱਗ ਪਿਆ ਡਰਾਮਾ ਕਰਨ ਨੂੰ ਬੇਬੇ ਕਿਵੇਂ ਆ ਜੇ ਬੈਠੀਆਂ ਕੀ ਕਰਾਂ ਭਾਈ ਉਹਨੇ ਟਪਾ ਰੱਖੀਆਂ ਉਹ ਜਿਹੜੀ ਕਲਸ਼ਣੀ ਲਿਆਂਦੀ ਆਪਾਂ ਹੁਣ ਫੇਰ ਲੜ ਪਏ ਸੀ ਰੋਜ਼ ਹੀ ਲੜਦੀ ਆ ਮੇਰੇ ਨਾਲ ਰੋਟੀ ਤਾਂ ਮੈਨੂੰ ਦਿੰਦੀ ਨਹੀਂ ਕਿਸੇ ਵੇਲੇ ਕੱਲ ਵੀ ਲੜੀ ਜਾਂਦੀਆਂ ਸੀ ਜੋ ਦੇਖਾਂ ਉਹਦੀ ਤੁਸੀਂ ਲੜਦੀਆਂ ਲੜਦੇ ਤੁਸੀਂ ਕਾਹਦੇ ਪਿੱਛੇ ਲੜਦੀਆਂ ਮੈਂ ਥੋੜੀ ਲੜਦੀ ਆ ਤੇਰੀ ਬਹੂ ਲੜਦੀ ਹੈ ਤੇਰੀ ਬਹੂ ਨਹੀਂ ਕਿਸੇ ਕੰਮ ਦੀ ਮੈਂ ਤੈਨੂੰ ਮੈਨੂੰ ਐਂ ਦੱਸ
ਜਿਹੜੇ ਪਜਾਮੇ ਜੀ ਸਮਾ ਕੇ ਦਿੱਤੇ ਤੈਂ ਸਮਾ ਕੇ ਦਿੱਤੇ ਉਹਨੂੰ? ਨਾ ਮੈਂ ਤਾਂ ਨੀ ਕੋਈ ਸਮਾਏ, ਉਹ ਤਾਂ ਫੈਸ਼ਨ ਆ ਬੇਬੇ, ਉਹ ਤੈਨੂੰ ਕੀ ਹੋ ਗਿਆ? ਨਾ ਤੂੰ ਕਹਿੰਦਾ ਮੈਂ ਨੀ ਸਮਾ ਕੇ ਦਿੱਤੇ, ਉਹ ਤੇਰੇ ਨਾਲ ਲੈਂਦੀ ਹੈ। ਤੇਰੇ ਬਾਪੂ ਕੋਲੇ ਵੀ ਕਹਿੰਦੀ ਸੀ ਵੀ ਹੁਣ ਤਾਂ ਜੱਗੇ ਨੇ ਸਮਾ ਕੇ ਦਿੱਤੇ, ਉਹਨੇ ਕਿਹਾ ਮੈਨੂੰ ਤਾਂ ਪਾ ਲਿਆ ਕਰ। ਉਹ ਤਾਂ ਉੱਥੇ ਬਈ ਸੀ, ਆਪਦੇ ਟੇਕੀ ਗਈ ਸੀ ਉੱਥੋਂ, ਹੁਣ ਮਾਂ ਬਣੂ ਖਿਲਾਈ ਹੋਊ, ਮੇਰੇ ਸਾਹਮਣੇ ਨੀ ਪਾ ਪੂਆ ਕਦੇ। ਦੇਖ ਮੈਨੂੰ ਨੀ ਪਤਾ, ਮੈਂ ਚਾਹੀਦੇ ਮੈਨੂੰ ਤਾਂ ਜੇ ਸਲਵਾਰ ਸੂਟ ਪਾਊਗੀ ਤਾਂ ਚਾਹੀਦੀ ਹੈ, ਨਹੀਂ ਐਂ ਕਰ ਜੇ ਮੇਰੇ ਪਿੱਛੇ ਲੱਗਦਾ ਤਾਂ ਉਹਦੇ ਚਾਰ ਮਾਰ ਖੁੰਡੀਆਂ ਗਰਦ ਕੱਢ ਦੇ ਉਹਦੀ, ਮੈਂ ਤੈਨੂੰ ਦੱਸ। ਨਹੀਂ ਜ਼ਮੀਨ ਮੇਰੇ ਨੇ, ਜੇ ਮੈਂ ਉਹਦੇ ਪੇਕੀ ਜਾ ਕੇ ਬਹਿ ਗਈ ਨਾ ਦੇਖ ਲਾ ਪੈਰੀਆਂ ਥਲਾ ਕੇ ਲਿਆਉਂਗੇ, ਤੇ ਨਹੀਂ ਮੇਰੇ ਪਿੱਛੇ ਲੱਗ, ਚੱਲ ਆ ਉਹਦੇ ਚਾਰ ਖੁੰਡੀਆਂ, ਚੱਲ ਮੇਰੇ ਨਾਲ। ਬੇਬੇ ਮੇਰੀ ਗੱਲ ਸੁਣ, ਉਹਦੇ ਖੁੰਡੀਆਂ ਦਾ ਮੈਂ ਤੇਰੇ ਆਖੇ ਤੇ ਲਾ ਦੂੰਗਾ, ਫਿਰ ਉਹ ਚੱਕ ਕੇ ਬੈਗ ਉੱਡ ਜੂਗੀ। ਕਿਧਰੇ ਮਰਜ਼ੀ ਜਾਵੇ, ਮੇਰੇ ਆਖੇ ਨਾ ਕੇਰਾ ਲਾ ਦੇ, ਉਹਦੇ ਕੇਰਾ ਉਹਨੂੰ ਫੁੱਲ ਬਣਾ ਦੇ। ਚੱਲ ਚੱਲ ਕੁੱਟੀਏ ਫੜ ਕੇ ਨਾ, ਐਨੀ ਉਹ ਲੋਟ ਆਉਂਦੀ, ਫੜ ਲੰਮਾ ਮੈਲ ਜਾ ਤੂੰ। ਤੂੰ ਗੱਲ ਸੁਣ, ਮੇਰੀ ਗੱਲ ਸੁਣ, ਪਾ ਕੇ ਪਜਾਮੇ ਜਲੂਸ ਕੱਢੀ ਜਾਂਦੀ ਪਿੰਡ ਚ ਸਾਰਾ ਦਿਨ, ਜਲੂਸ ਕੱਢ ਰੱਖਾ ਸਾਡਾ, ਰੋਟੀ ਨੀ ਖਾਣੀ, ਨੀ ਜਮਾ ਤੇਰੀ ਰੋਟੀ ਨੀ ਖਾਣੀ, ਬਾਪੂ ਰੋਟੀ ਲੈ। ਹਾਂ ਚਾਬੀ ਨਾ ਮੁੰਡਿਆ, ਚੱਕ ਕੇ ਚਾਬੀ ਲੈ, ਜਿੰਦਾ ਲਓ, ਕਿਸੇ ਨੂੰ ਨੀ ਦੱਸਣਾ ਵੀ ਅੰਦਰ ਡਾਈ ਹੈ, ਕੋਈ ਨੀ ਹੋਣਾ ਹੈਗੀ ਲੋਟ। ਹੁਣ ਮੇਰਾ ਪੁੱਤ ਹੋ ਗਿਆ ਮੇਰੇ ਨਾਲ, ਦੇਖੀ ਜਾਈ, ਤੈਨੂੰ ਅੰਦਰ ਹੀ ਡਾ ਕੇ ਰੱਖੂ, ਜੇ ਤੈਨੂੰ ਰੋਟੀ ਦੇਗੀ ਤਾਂ ਕਹਿ ਦੀ ਮੈਂ ਪਰੌਂਠੇ ਲਾ ਲਾ ਖਾਵਾਂਗੇ। ਉਹ ਚਾਬੀ ਲਿਆ ਮੁੰਡੇ, ਜੱਟ ਤੈਨੂੰ ਜਿੰਦਾ ਲਾ ਦੀ ਹੈ, ਮੈਂ ਲੈਣੀ ਹੈ ਚੱਕ ਕੇ, ਉਹਨੂੰ ਕਿਹੜਾ ਧਿਆਉਗੀ। ਲਾ ਕੀ ਰੋਲਾ ਜਿਹਾ ਪਈ ਜਾਂਦਾ, ਮੈਨੂੰ ਤਾਂ ਲੱਗਦਾ ਉਹੀ ਗੱਲ ਕਰਤੀ ਜਿਹੜੀ ਨਹੀਂ ਕਰਨੀ ਸੀ, ਕਿੱਥੇ ਕਲੱਚ ਨੀ ਉਹ ਕਰਦੀ ਹੈ। ਉਹ ਕਿਹਨੂੰ ਕੁੰਡਾ ਕਿਹਨੂੰ ਲਾਤਾ ਅੰਦਰ, ਪਾਲੀ ਨੂੰ ਲਾਤਾ ਅੰਦਰ, ਆ ਜਾ ਆ ਜਾ, ਉਹ ਖੋਲ ਗਿੰਦਾ ਖੋਲ, ਤੂੰ ਤੂੰ ਪਰੇ ਨੇ, ਉਹ ਜਿੱਦਾਂ ਮੈਂ ਤੈਨੂੰ ਦੱਸਾਂ, ਤੂੰ ਅੰਦਰ ਆ ਪੁੱਤ। ਹਾਂ ਉਹ ਅੰਦਰ ਹੀ ਹੈ, ਅੰਦਰ ਲਾਈ ਹੈ, ਨਹੀਂ ਨਿਕਲਦੀ ਬਾਹਰ। ਉਹ ਕੁੰਡਾ ਖੋਲ ਦੇ, ਕਿਵੇਂ ਖੋਲ ਦੇ, ਜਿੰਦਾ ਲੱਗਿਆ ਖੋਲ ਦੇ, ਤੋੜ ਆਏਗਾ ਡਾਇਆ, ਮੁੰਡੇ ਤੋੜ ਪਾਈ ਆ, ਕੁੱਟ ਕੇ ਚਾਹ ਛਿੱਤਰ ਲਾਏ ਜਿਹੜੇ ਪਜਾਮੇ ਪਾਪਾ ਤੁਰਦੀ, ਮੁੰਡਾ ਕਹਿੰਦਾ ਮੈਂ ਤਾਂ ਕਿਹਾ ਨੀ ਇਹਨੂੰ ਪਾਉਣ। ਅੱਛਾ ਕਟਵਾ ਤਾ ਤੂੰ, ਕਟਵਾ ਨੀ ਤੂੰ, ਐਵੇਂ ਲੋਕ ਨਹੀਂ ਸੀ ਹੁੰਦੇ, ਪਜਾਮੇ ਨਹੀਂ ਹੈਗੇ ਪਲਾਜੋ ਨੇ, ਉਹ ਅੱਜ ਕੱਲ ਦਾ ਫੈਸ਼ਨ ਕੁੰਡਾ ਜਿੰਦਾ, ਤੂੰ ਚੱਲ ਪਰੇ, ਉਹ ਤੂੰ ਖੋਲ ਦੇ, ਉਹ ਮੈਂ ਧੱਕਾ ਦੇ ਕੇ ਛੱਡ ਦੂੰ ਤੈਨੂੰ, ਅੰਦਰ ਹੱਥ ਨਾ ਕਟਾ ਲੈਣਾ, ਵਗ ਜਾ ਕੋਈ। ਉਹ ਪੁੱਤ ਤੂੰ ਅੰਦਰ ਹੀ ਹੈ, ਹਾਂ ਪੁੱਤ ਕੋਈ ਗੱਲ ਨੀ, ਮੈਂ ਖਲਾਉਣਾ ਪੁੱਤ, ਕੋਈ ਨੀ ਬਾਹਰ ਬਾਹਰ ਨੀ ਖੋਲਣਾ, ਮੈਂ ਖਲਾਉਣਾ, ਆ ਸੀ ਚੱਲਦਾਂ, ਆ ਖੋਲ ਆ ਜਾ, ਮੈਨੂੰ ਫੜਾ ਦੇ, ਨਹੀਂ ਮੈਂ ਚੱਲਦਾਂ। ਕੋਈ ਨੀ ਪੁੱਤ, ਘਬਰਾਈ ਨਾ ਤੂੰ, ਮੈਂ ਖੋਲ ਤਾਂ ਖਲਵਾਉਣਾ ਬਾਹਰ, ਮੈਂ ਕੋਈ ਨੀ ਪੁੱਤ, ਡਰਨਾ ਤੂੰ। ਉਹ ਤੂੰ ਕਿੱਧਰ ਵਗ ਗਈ, ਉਹ ਤੂੰ ਕਿੱਧਰ ਵਗ ਗਈ, ਪੁੱਤ ਮੈਂ ਜਿੰਦਾ ਤੋੜਦਾ। ਵੱਖਰੀ ਸੋਚ ਚੈਨਲ ਦੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੋ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ, ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ, ਇਹਦਾ ਅਗਲਾ ਐਪੀਸੋਡ ਜ਼ਰੂਰ ਦੇਖਣਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਕਮੈਂਟ ਕਰੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ।
ਵੱਖਰੀ ਸੌ ਚੈਨਲ ਤੇ ਜਿਨ੍ਹਾਂ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਅਸੀਂ ਨਾਮ ਬੋਲਣ ਜਾ ਰਹੇ ਹਾਂ। ਹਰਦੇਵ ਸਿੰਘ ਜੀ, ਪਰਮਿੰਦਰ ਕੌਰ ਫਤਿਹਗੜ੍ਹ ਸਾਹਿਬ ਜੀ, ਰੇਖਾ ਸ਼ਰਮਾ, ਧਰੁਵਿਕਾ ਸ਼ਰਮਾ, ਅਨੈਤ ਸ਼ਰਮਾ, ਲੀਲਾ ਰਾਮ ਨਾਂਗਲਾ, ਰਵਿੰਦਰ ਕੌਰ ਹਮਜਾਪੁਰ, ਲਵਪ੍ਰੀਤ ਇੰਜੀਨੀਅਰ ਵਰਕਸ ਕੋਟਕਪੂਰਾ, ਕ੍ਰਿਸ਼ਨ ਲਾਲ ਡਰਾਈਵਰ ਡੇਲਵਾਂ ਰਾਜਸਥਾਨ, ਬਲਵਿੰਦਰ ਸਿੰਘ ਚਾਨਾ, ਬੀਰਪਾਲ ਕੌਰ ਚਾਨਾ, ਰਾਮਗੜੀਆ ਰਤੀਆ ਹਰਿਆਣਾ, ਆਇਸ਼ਾ ਭੁੱਲਰ, ਅਮਾਇਸ਼ਾ ਭੁੱਲਰ, ਜੁਗਰਾਜ ਭੁੱਲਰ, ਡਾਕਟਰ ਰਣਜੀਤ ਸਿੰਘ ਖੰਗੂੜਾ, ਲਤਾਲਾ ਲੁਧਿਆਣਾ, ਕੈਲਗਰੀ ਕੈਨੇਡਾ, ਗੁਰਵਿੰਦਰ ਸਿੰਘ ਕੁਲਾਰ, ਪਿੰਡ ਮਿੱਡੂ ਖੇੜਾ, ਸ੍ਰੀ ਮੁਕਤਸਰ ਸਾਹਿਬ ਜੀ, ਬੌਬੀ ਰਾਜਾ ਹਾਂਗਕਾਂਗ, ਤਰਨਵੀਰ ਸਿੰਘ ਮੋਗਾ, ਹੈਪੀ ਜੋਸ਼ੀ, ਪਰਮਜੀਤ ਕੌਰ ਮੋਗਾ, ਰਵਿੰਦਰ ਕੌਰ ਗੜਸਾਣਾ ਮੰਡੀ, ਬਲਜਿੰਦਰ ਸਿੰਘ, ਅਮਰ ਸਿੰਘ ਪਟਿਆਲਾ, ਗੁਰਦੀਪ ਕੌਰ ਧਾਲੀਵਾਲ, ਹੈਪੀ ਜੋਸ਼ੀ, ਰੇਣੂ ਅਰੋੜਾ ਦਿੱਲੀ, ਸੁਖਜੀਤ ਕੌਰ, ਹਰਨੂਰ ਐਂਡ ਗੁਰਨੂਰ ਕੌਰ ਸਿਵੀਆਂ, ਐਡਮਿੰਟਨ ਕੈਨੇਡਾ, ਪਰਮਜੀਤ ਕੌਰ, ਜੱਗਾ ਪੂਣੀਆਂ, ਨਛੱਤਰ ਪਸੌੜੀਆ ਪਸੌੜ ਵਾਲਾ, ਕਮਲਦੀਪ ਬਠਿੰਡਾ, ਨਰਸੀ ਰਾਮ ਬਠਿੰਡਾ, ਜਸਜੀਤ ਸ਼ਰਮਾ, ਰੁਪਿੰਦਰ ਬੁੱਟਰ, ਚਰਨਜੀਤ ਕੌਰ, ਜਸਵੀਰ ਸਿੰਘ, ਸੁਖਵਿੰਦਰ ਕੌਰ ਹੁਸ਼ਿਆਰਪੁਰ, ਜਸਵਿੰਦਰ ਕੌਰ, ਗੁਰਦੀਪ ਸਿੰਘ ਦਿਓਂ, ਨਾਮਸੋ ਦੀਪਾ, ਦਰਸ਼ਨ ਸਿੰਘ ਨਵੀਂ ਮੰਡੀ ਗੜਸਾਣਾ, ਕੁਲਵਿੰਦਰ ਕੌਰ ਨਾਗਰਾ, ਦਰੋਗਾ ਸਿੰਘ। ਜਿਨ੍ਹਾਂ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਹੈ, ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਵੀਰਾਂ ਤੇ ਭੈਣਾਂ ਦੇ ਨਾਮ ਬੋਲਣ ਮੰਨੀ ਉਹ ਰਹਿ ਗਏ, ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ। ਸਾਨੂੰ ਕਮੈਂਟ ਕਰਨ ਲਈ, ਸਾਨੂੰ ਸੁਝਾਓ ਦੇਣ ਲਈ, ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।